ਮੈਂ ਤੁਹਾਡਾ ਹੋਸਟ ਤੇ ਦੋਸਤ ਨਿਕ ਬਾਠ ਫਿਲਾਡਲਫੀਆ ਪੈਨਸਲਵੇਨੀਆ ਦੇ ਸਟੂਡੀਓ ਤੋਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਦਿਲ ਦੀਆਂ ਗੱਲਾਂ। ਹਰ ਹਫ਼ਤੇ ਅਸੀਂ ਆਪਣੇ ਦਿਲ ਦੀਆਂ ਗੱਲਾਂ ਦੇ ਵਿੱਚ ਇੱਕ ਖਾਸ ਮਹਿਮਾਨ ਲੈ ਕੇ ਆਉਂਦੇ ਹਾਂ, ਇੱਕ ਖਾਸ ਪੇਸ਼ਕਸ਼ ਲੈ ਕੇ ਆਉਂਦੇ ਹਾਂ ਅਤੇ ਤੁਹਾਨੂੰ ਕਿਸੇ ਨਵੀਂ ਸ਼ਖਸੀਅਤ ਦੇ ਨਾਲ ਰੂਬਰੂ ਕਰਾਉਂਦੇ ਹਾਂ ਜਾਂ ਆਪਣੇ ਇਤਿਹਾਸ ਦੇ ਨਾਲ ਜੋੜਦੇ ਹਾਂ। ਅਤੇ ਜੇ ਤੁਸੀਂ ਵੀ ਸਾਡੇ ਇਸ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ nick@justbroadcasting.com ਦੇ ਉੱਪਰ ਜਾਂ ਫਿਰ info@justbroadcasting.com ਦੇ ਉੱਪਰ। ਅਤੇ ਚੱਲ ਰਹੇ ਲਾਈਵ ਸ਼ੋਅ ਦੇ ਵਿੱਚ ਜੇ ਤੁਸੀਂ ਸਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ, ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦੇ ਹੋ ਤਾਂ ਥੱਲੇ ਲਿਖੇ ਨੰਬਰ ਦੇ ਉੱਪਰ ਸਾਨੂੰ ਸਾਡੇ ਨਾਲ ਲਾਈਵ ਗੱਲਬਾਤ ਕਰ ਸਕਦੇ ਹੋ, ਆਪਣੇ ਵਿਚਾਰ ਪੇਸ਼ ਕਰ ਸਕਦੇ ਹੋ। ਅਤੇ ਅੱਜ ਮੈਂ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਜ਼ਰੂਰੀ ਇੱਕ ਬਹੁਤ ਹੀ ਇੰਪੋਰਟੈਂਟ ਇਨਫੋਰਮੇਸ਼ਨ ਦੇਣੀ ਚਾਹਾਂਗਾ ਸਾਡੇ ਦੇਸ਼ ਵਿਦੇਸ਼ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਜਸ ਪੰਜਾਬੀ ਦੇਖ ਰਹੇ ਜਿੰਨੇ ਵੀ ਸਾਡੇ ਦਰਸ਼ਕ ਨੇ ਸਰੋਤੇ ਨੇ ਸਾਡੇ ਪਰਿਵਾਰ ਦਾ ਹਿੱਸਾ ਨੇ ਕਿ ਅੱਜ ਰਾਤ 9:30 ਵਜੇ ਜਿਹੜਾ ਕਿ ਸਾਡਾ ਨਿਊਯਾਰਕ ਦਾ ਇੱਥੋਂ ਦਾ ਟਾਈਮ ਜ਼ੋਨ ਹੈ, ਹੁਣ ਤੋਂ ਠੀਕ 8 ਘੰਟੇ ਬਾਅਦ ਜਿਹੜੀ ਨਵੀਂ ਦਿੱਲੀ ਦੇ ਵਿੱਚ ਕਿਸਾਨਾਂ ਦੀ ਟਰੈਕਟਰ ਪਰੇਡ ਸ਼ੁਰੂ ਹੋਣ ਜਾ ਰਹੀ ਹੈ 26 ਜਨਵਰੀ ਦੇ ਮੌਕੇ ਦੇ ਉੱਪਰ, ਉਸ ਦਾ ਲਾਈਵ ਟੈਲੀਕਾਸਟ ਤੁਸੀਂ ਔਨਵਰਡ 9:30 ਤੋਂ ਔਨਵਰਡ ਦੇਖੋਗੇ। ਸੋ ਜ਼ਰੂਰ ਟਿਊਨ ਇਨ ਕਰਿਓ, ਅਲਾਰਮ ਲਾ ਲਓ ਹੁਣ ਤੋਂ 8 ਘੰਟੇ ਬਾਅਦ ਦੇ ਤੁਸੀਂ ਲਾਈਵ ਜਸ ਪੰਜਾਬੀ ਦੇ ਉੱਪਰ, ਜਿੱਥੇ ਕਿ ਸਾਡਾ ਪਰਿਵਾਰ ਜਸ ਪਰਿਵਾਰ ਉੱਥੇ ਦਿੱਲੀ ਦੇ ਵਿੱਚ ਬਾਰਡਰ 'ਤੇ, ਸੰਘੂ ਬਾਰਡਰ 'ਤੇ ਜਾਂ ਫਿਰ ਟਿੱਕਰੀ ਬਾਰਡਰ 'ਤੇ ਹਰ ਜਗ੍ਹਾ ਦੇ ਉੱਪਰ ਵੱਖਰੇ ਵੱਖਰੇ ਸਮੇਂ 'ਤੇ ਵੱਖਰੇ ਵੱਖਰੇ ਪ੍ਰੋਗਰਾਮ ਪੇਸ਼ ਕਰਦੇ ਨੇ, ਤਾਂ ਉਸ ਦੇ ਵਿੱਚ ਹੀ ਅੱਜ ਜਿਹੜੇ ਕਿ ਇੱਕ ਬਹੁਤ ਹੀ ਵੱਡੀ ਕਿਸਾਨ ਰੈਲੀ ਜਿਹੜੀ ਟਰੈਕਟਰ ਰੈਲੀ ਹੈ ਉਹ ਵੀ ਸਾਡੇ ਚੈਨਲ ਦੇ ਉੱਪਰ ਜਸ ਪਰਿਵਾਰ ਦੇ ਉੱਪਰ ਜਸ ਪੰਜਾਬੀ ਦੇ ਉੱਪਰ 9:30 PM ਔਨਵਰਡ ਤੁਸੀਂ ਦੇਖ ਸਕਦੇ ਹੋ। ਅਤੇ ਸਾਡੇ ਜਿਹੜੇ ਅੱਜ ਦੇ ਮਹਿਮਾਨ ਨੇ ਬਹੁਤ ਖਾਸ ਮਹਿਮਾਨ ਨੇ, ਜਦੋਂ ਸਾਡੇ ਨਾਲ ਇੱਦਾਂ ਦੇ ਮਹਿਮਾਨ ਜੁੜਦੇ ਨੇ, ਸਤਿਕਾਰਕ ਜਿਹੜੀਆਂ ਸ਼ਖਸੀਅਤਾਂ ਨੇ ਜਿਨ੍ਹਾਂ ਨੇ ਆਪਣੇ ਦੇਸ਼ ਵਾਸਤੇ, ਆਪਣੀ ਕੌਮ ਵਾਸਤੇ, ਆਪਣੀ ਸਮਾਜ ਵਾਸਤੇ, ਆਪਣੀ ਕਮਿਊਨਿਟੀ ਵਾਸਤੇ ਸੇਵਾ ਕੀਤੀ ਹੁੰਦੀ ਹੈ ਉਮਰ ਪੂਰੀ ਜ਼ਿੰਦਗੀ ਦੇ ਵਿੱਚ, ਤਾਂ ਵੱਖਰੇ ਵੱਖਰੇ ਪਲੇਟਫਾਰਮ ਦੇ ਉੱਪਰ, ਅਤੇ ਉਹ ਜੁੜੇ ਨੇ ਇੱਕ ਐਸੇ ਕਿੱਤੇ ਦੇ ਨਾਲ ਜਿਹੜਾ ਕਿ ਹੁਣ ਕੋਵਿਡ ਦੇ ਦੌਰ ਦੇ ਵਿੱਚ ਜੇ ਤੁਸੀਂ ਦੇਖਦੇ ਹੋ ਤਾਂ ਜਿਨ੍ਹਾਂ ਨੂੰ ਆਪਾਂ ਫਰੰਟ ਲਾਈਨ ਕਹਿੰਦੇ ਹਾਂ, ਅਤੇ ਉਹ ਡਾਕਟਰੀ ਪੇਸ਼ੇ ਨਾਲ ਜੁੜੇ ਸੀਗੇ ਅਤੇ ਸਨ ਅਤੇ ਰਹਿਣਗੇ, ਭਾਵੇਂ ਕਿ ਉਹ ਰਿਟਾਇਰ ਹੋ ਗਏ ਨੇ ਹੁਣ, ਪਰ ਉਸ ਤੋਂ ਬਾਅਦ ਵੀ ਸਮਾਜ ਦੇ ਨਾਲ ਜੁੜੇ ਨੇ, ਸਾਡੇ ਨਾਲ ਜੁੜੇ ਨੇ। ਅੱਜ ਅਸੀਂ ਬੜੇ ਮਾਣ ਦੇ ਨਾਲ, ਬੜੇ ਫਖਰ ਦੇ ਨਾਲ ਉਹਨਾਂ ਦਾ ਸਵਾਗਤ ਕਰਦੇ ਹਾਂ ਆਪਣੇ ਜਸ ਪਰਿਵਾਰ ਦੇ ਉੱਪਰ, ਜਸ ਚੈਨਲ ਦੇ ਉੱਪਰ ਪ੍ਰੋਗਰਾਮ ਦਿਲ ਦੀਆਂ ਗੱਲਾਂ ਦੇ ਵਿੱਚ। ਸੋ ਸਾਡੇ ਅੱਜ ਦੇ ਮਹਿਮਾਨ ਨੇ ਡਾਕਟਰ ਆਰਪੀ ਸਿੰਘ ਬੋਪਰਾਏ ਜੀ। ਡਾਕਟਰ ਸਾਹਿਬ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਜਸ ਪੰਜਾਬੀ ਦੇ ਉੱਪਰ ਪ੍ਰੋਗਰਾਮ ਦਿਲ ਦੀਆਂ ਗੱਲਾਂ ਤੇ। ਬਹੁਤ ਧੰਨਵਾਦ ਜੀ। ਸੋ ਡਾਕਟਰ ਸਾਹਿਬ, ਸਾਡਾ ਸਿਰ ਖਾਸ ਕਰਕੇ ਜਦੋਂ ਸਾਡੇ ਵਰਗੇ ਜੂਨੀਅਰ ਐਂਕਰ ਜਿਹੜੇ ਕਿ ਤੁਹਾਨੂੰ ਰਿਕੁਐਸਟ ਤੁਹਾਡੇ ਅੱਗੇ ਮਹਿਮਾਨ ਨੂੰ ਕਰਦੇ ਨੇ ਅਤੇ ਤੁਸੀਂ ਕਹਿੰਦੇ ਹੋ ਕਿ ਅਸੀਂ ਤੁਹਾਡੇ ਨਾਲ ਹਾਂ, ਅਸੀਂ ਤੁਹਾਡੇ ਨਾਲ ਹੈ ਨਾ, ਤਾਂ ਉਸ ਦੇ ਵਿੱਚ ਸਾਡਾ ਸਿਰ ਜਿਹੜਾ ਹੈ ਉਹ ਫਕਰ ਨਾਲ ਉੱਚਾ ਹੋ ਜਾਂਦਾ ਹੈ, ਮਾਣ ਨਾਲ ਉੱਚਾ ਹੋ ਜਾਂਦਾ ਆ। ਅਤੇ ਜਿਸ ਤਰ੍ਹਾਂ ਅੱਜ ਇੰਡੀਆ ਦੇ ਵਿੱਚ 26 ਜਨਵਰੀ ਹੋ ਗਈ ਹੈ, ਇੱਥੇ ਅੱਜ 25 ਜਨਵਰੀ ਹੈ, ਅਤੇ ਕੱਲ੍ਹ ਨੂੰ ਜਿਹੜੀ ਕਿਸਾਨਾਂ ਦੀ ਪਰੇਡ ਵੀ ਨਿਕਲਣੀ ਹੈ ਬਹੁਤ ਵੱਡੇ ਪੱਧਰ ਦੇ ਉੱਪਰ, ਜਿਹੜੀ ਟਰੈਕਟਰ ਵਿਸ਼ਾਲ ਪਰੇਡ ਜਿਹੜੀ ਹੈਗੀ ਹੈ, ਤਾਂ ਉਸ ਦੇ ਨਾਲ ਵੀ ਸਾਰੀਆਂ ਗੱਲਾਂ ਕਰਾਂਗੇ। ਪਰ ਗੱਲਬਾਤ ਸ਼ੁਰੂਆਤ ਕਰਦੇ ਹਾਂ ਤੁਹਾਡੇ ਤੋਂ ਡਾਕਟਰ ਸਾਹਿਬ, ਕੀ ਤੁਸੀਂ ਇਸ ਫੀਲਡ ਦੇ ਵਿੱਚ ਕਿਸ ਤਰ੍ਹਾਂ ਆਏ ਅਤੇ ਕਿੱਥੋਂ ਤੁਸੀਂ ਬਿਲੋਂਗ ਕਰਦੇ ਆ, ਤੇ ਉਸ ਤੋਂ ਅੱਗੇ ਗੱਲਬਾਤ ਹੋਈ ਹੈ। ਮੈਂ ਜੀ ਬਟਾਲੇ ਦੇ ਬਿਲਕੁਲ ਨਜ਼ਦੀਕ ਇੱਕ ਛੋਟਾ ਜਿਹਾ ਪਿੰਡ ਹੈ ਖਤੀਬ, ਮੈਂ ਖਤੀਬ ਦੇ ਵਿੱਚ ਜੰਮਿਆ ਪੜਿਆ, ਉੱਥੋਂ ਬਟਾਲੇ ਫਿਰ ਪੜ੍ਹਾਈ ਕੀਤੀ। ਪੜ੍ਹਾਈ ਦੇ ਵਿੱਚ ਮੈਂ ਕਾਫੀ ਅਵਲ ਆਉਂਦਾ ਸੀ ਅਤੇ ਬੜਾ ਅੱਛਾ, ਸਾਰੇ ਡਿਸਟ੍ਰਿਕਟ ਫਸਟ ਵੀ ਆਉਂਦਾ, ਸਕੋਲਰਸ਼ਿਪ ਲੈਂਦਾ 8ਵੀਂ 10ਵੀਂ 11ਵੀਂ। ਫਿਰ ਮੈਂ ਜਲੰਧਰ DAV ਕਾਲਜ ਆ ਕੇ ਪ੍ਰੀ ਇੰਜੀਨੀਅਰਿੰਗ ਜੁਆਇਨ ਕਰ ਲਈ। ਪ੍ਰੀ ਇੰਜੀਨੀਅਰਿੰਗ ਇਸ ਕਰਕੇ ਜੁਆਇਨ ਕਰ ਲਈ ਕਿ ਮੇਰੀ ਏਜ ਉਦੋਂ 15 ਸਾਲ ਤੇ 7 ਮਹੀਨੇ ਸੀ, ਅਤੇ ਮੈਡੀਕਲ ਕਾਲਜ ਤਾਂ ਨਹੀਂ ਉਦੋਂ ਜੁਆਇਨ ਕੀਤਾ ਵੀ ਇੱਕ ਸਾਲ ਨਾ ਵੇਸਟ ਹੋਵੇ, ਤਾਂ ਕਿ ਵੇਟ ਨਾ ਕਰਨਾ ਪਵੇ। ਚਲੋ ਪ੍ਰੀ ਇੰਜੀਨੀਅਰਿੰਗ ਕਰ ਲਈ, IIT 'ਚ ਵੀ ਮੇਰੀ ਐਡਮਿਸ਼ਨ ਹੋ ਗਈ। ਪਰ ਫਿਰ ਮੇਰੇ ਵੱਡੇ ਭਾਈ ਸਾਹਿਬ ਜਿਹੜੇ ਆਰਮੀ ਤੋਂ ਕਰਨਲ ਸਾਹਿਬ ਰਿਟਾਇਰ ਹੋਏ, ਉਹ ਕਹਿੰਦੇ ਵੀ ਨਹੀਂ ਤੁਸੀਂ ਮੈਡੀਕਲ ਹੀ ਕਰੋ। ਫਿਰ ਮੈਂ ਐਡੀਸ਼ਨਲ ਬਾਇਓਲੋਜੀ ਵਾਸਤੇ ਖਾਲਸਾ ਕਾਲਜ ਅੰਮ੍ਰਿਤਸਰ 67 'ਚ ਦਾਖਲ ਹੋਇਆ। ਬੜੀ ਅੱਛੀ ਮੈਰਿਟ ਆ ਗਈ, 68 ਵਿੱਚ ਔਨ ਮੈਰਿਟ ਮੈਡੀਕਲ ਕਾਲਜ ਅੰਮ੍ਰਿਤਸਰ ਐਡਮਿਸ਼ਨ ਲਈ MBBS ਵਿੱਚ।
ਉਹਦੇ ਵਿੱਚ ਵੀ ਮੈਂ ਥਰੂ ਆਊਟ ਸਕਾਲਰਸ਼ਿਪ ਲਿਆ। 73 ਵਿੱਚ ਮੇਰਾ MBBS ਕੋਰਸ ਕੰਪਲੀਟ ਹੋਇਆ, 74 ਦੇ ਵਿੱਚ ਸਰਕਾਰੀ ਨੌਕਰੀ ਜੁਆਇਨ ਕੀਤੀ। ਸਭ ਤੋਂ ਪਹਿਲੀ ਪੋਸਟਿੰਗ ਰੂਰਲ ਡਿਸਪੈਂਸਰੀ ਬਤਾਲਾ, ਬਾਬਾ ਬਕਾਲਾ ਤੋਂ ਅੱਗੇ। ਉਸ ਤੋਂ ਬਾਅਦ ਐਮਰਜੈਂਸੀ ਮੈਡੀਕਲ ਅਫਸਰ, ਸ਼੍ਰੀ ਗੁਰੂ ਤੇਗ ਬਹਾਦਰ ਹੋਸਪਿਟਲ ਅੰਮ੍ਰਿਤਸਰ। ਫਿਰ 76 ਵਿੱਚ ਮੈਂ ਆਰਥੋਪੈਡਿਕਸ ਜਾਂ ਡਾਕਟਰ ਕਰਮ ਸਿੰਘ ਵਾਰਡ, ਉੱਥੇ ਮੇਰੀ ਪੋਸਟਿੰਗ ਹੋਈ। ਉਸ ਤੋਂ ਬਾਅਦ ਫਿਰ ਮੈਂ ਆਰਥੋਪੈਡਿਕਸ ਵਿੱਚ ਹੀ ਰਿਹਾ, ਉੱਥੋਂ ਦਾ ਹੈੱਡ ਆਫ ਡਿਪਾਰਟਮੈਂਟ ਵੀ ਬਣਿਆ। ਫਿਰ ਮੈਡੀਕਲ ਕਾਲਜ ਅੰਮ੍ਰਿਤਸਰ ਦੇ ਮੈਡੀਕਲ ਸੁਪਰਿੰਟੈਂਡੈਂਟ ਵੀ ਰਿਹਾ 2.5-3 ਸਾਲ। ਫਿਰ ਵਿੱਚੋਂ ਪ੍ਰਿੰਸੀਪਲ ਦੀ ਵੀ ਡਿਊਟੀ ਨਿਭਾਈ ਕੁਛ ਦੇਰ ਓਫੀਸ਼ੀਏਟਿੰਗ, ਅਤੇ 10 ਵਿੱਚ ਰਿਟਾਇਰ ਹੋਣ ਤੋਂ ਬਾਅਦ ਫਿਰ ਐਕਸਟੈਂਸ਼ਨ ਮਿਲੀ। ਫਿਰ 12 'ਚ ਫਰੀ ਹੋ ਕੇ ਫਿਰ ਆਲ ਓਵਰ ਇੰਡੀਆ ਕਈ ਮੈਡੀਕਲ ਕਾਲਜਾਂ 'ਚ ਮੈਨੂੰ ਅਸਾਈਨਮੈਂਟਸ ਮਿਲੀਆਂ, ਕਿਤੇ ਡਾਇਰੈਕਟਰ ਪ੍ਰਿੰਸੀਪਲ ਚਿੰਤਪੁਰਨੀ ਮੈਡੀਕਲ ਕਾਲਜ, ਕਿਤੇ ਪ੍ਰੋਫੈਸਰ ਐਂਡ ਹੈੱਡ ਆਰਥੋਪੈਡਿਕਸ। ਸੋ 4-5 ਮੈਡੀਕਲ ਕਾਲਜਾਂ ਦੇ ਵਿੱਚ, ਲਖਨਊ ਵੀ, ਉਦੈਪੁਰ ਵੀ, ਇੱਕ ਆਂਧਰਾ ਦਾ ਮੈਡੀਕਲ ਕਾਲਜ ਹੈ ਕਿਮਸ, ਕੋਨਾ ਸੀਮਾ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ ਵਿਸ਼ਾਖਾਪਟਨਮ ਦੇ ਨੇੜੇ, ਉੱਥੇ ਵੀ। ਫਿਰ ਇੱਥੇ ਤਰਨ ਤਾਰਨ ਸਾਹਿਬ ਬਾਬਾ ਜਗਤਾਰ ਸਿੰਘ ਜੀ ਵੱਲੋਂ ਇੱਕ ਹੋਸਪਿਟਲ ਬੜਾ ਵੱਡਾ ਬਣਾਇਆ ਗਿਆ, ਗੁਰੂ ਨਾਨਕ ਸੁਪਰ ਸਪੈਸ਼ਲਿਟੀ ਹੋਸਪਿਟਲ, ਉੱਥੋਂ ਦਾ ਮੈਂ ਡਾਇਰੈਕਟਰ ਵੀ ਰਿਹਾ। ਅੱਜ ਕੱਲ੍ਹ ਮੈਂ ਇੱਥੇ ਅੰਮ੍ਰਿਤਸਰ ਦੇ ਵਿੱਚ ਹੀ, ਮੇਰੀ ਵਾਈਫ ਲੇਟ ਡਾਕਟਰ ਮਿਸਿਸ ਗਿਆਨ ਸੰਧੂ ਬੋਪਰ ਆਏ, ਉਹਨਾਂ ਨੇ ਇੱਕ ਹੋਸਪਿਟਲ ਸ਼ੁਰੂ ਕੀਤਾ ਸੀ, ਦੁੱਖ ਨਿਵਾਰਨ ਹੋਸਪਿਟਲ, ਰਣਜੀਤ ਐਵਨਿਊ ਅੰਮ੍ਰਿਤਸਰ। ਅੱਜ ਕੱਲ੍ਹ ਮੈਂ ਇਸ ਹੋਸਪਿਟਲ 'ਚ ਬਤੌਰ ਡਾਇਰੈਕਟਰ ਚੀਫ ਆਰਥੋਪੈਡਿਕ ਸਰਜਨ ਦੇ ਤੌਰ 'ਤੇ ਸੇਵਾਵਾਂ ਨਿਭਾ ਰਿਹਾ। ਅਤੇ ਸਾਰੀ ਗੌਰਮੈਂਟ ਸਰਵਿਸ ਦੇ ਵਿੱਚ ਬੜੇ ਚੈਲੇਂਜਿੰਗ ਕੰਮ ਕੀਤੇ, ਅਤੇ ਬਹੁਤ ਬਾਖੂਬੀ ਕਰਨ ਦੀ ਕੋਸ਼ਿਸ਼ ਕੀਤੀ। HIV ਪੋਜ਼ਿਟਿਵ ਜਦੋਂ 2000 ਵਿੱਚ ਜਾਂ 2001-2 ਵਿੱਚ ਬਹੁਤ ਲੋਕ HIV ਪੋਜ਼ਿਟਿਵ ਹੁੰਦੇ ਸੀ, ਖਾਸ ਕਰਕੇ ਡਰਾਈਵਰ ਕੰਡਕਟਰ ਜਿਹੜੇ ਬਾਹਰ ਜਾਂਦੇ ਆਉਂਦੇ ਸੀ, ਉਹਨਾਂ ਨੂੰ ਕੋਈ ਸੱਟ ਪੇਟ ਲੱਗ ਜਾਏ, ਕੋਈ ਫ੍ਰੈਕਚਰ ਹੋ ਜਾਏ, ਤਾਂ ਉਹਨਾਂ ਨੂੰ ਕੋਈ ਟੱਚ ਨਹੀਂ ਸੀ ਕਰਦਾ, ਕੋਈ ਓਪਰੇਸ਼ਨ ਉਹਨਾਂ ਦਾ ਨਹੀਂ ਸੀ ਕਰਦਾ। ਮੇਰੇ 2 ਬੇਟੀਆਂ ਅਤੇ ਬੇਟਾ ਤਿੰਨੇ ਡਾਕਟਰ ਅਤੇ ਤਿੰਨੇ ਅਮੈਰੀਕਾ ਨੇ। ਸੋ ਵੱਡੀ ਬੇਟੀ 2000 'ਚ ਅਮੈਰੀਕਾ ਆ ਗਏ, ਰੈਜੀਡੈਂਸੀ ਕੀਤੀ, ਅੱਜ ਕੱਲ੍ਹ ਉੱਥੇ ਨਿਊਯਾਰਕ ਲੌਂਗ ਆਈਲੈਂਡ LJ ਨੌਰਥਸ਼ੋਰ ਹੋਸਪਿਟਲ ਵਿੱਚ ਉਹ ਤੈਨਾਤ ਹੈ, ਅਸਿਸਟੈਂਟ ਪ੍ਰੋਫੈਸਰ। ਸੋ ਮੈਂ ਇੱਥੇ ਆਣ ਕੇ ਉਹਨਾਂ ਦੇ ਹਸਪਤਾਲਾਂ ਦੀ ਵੀ ਸਟੱਡੀ ਕਰਦਾ ਰਿਹਾ, ਅਮੈਰੀਕਾ ਦੇ ਆਰਥੋਪੈਡਿਕ ਸਰਜਨ ਦੇ ਨਾਲ ਵੀ ਸਾਰਾ। ਫਿਰ ਕੁਛ ਪਲੈਨਿੰਗ ਕਰਕੇ ਮੈਂ HIV ਪੋਜ਼ਿਟਿਵ ਦੀ ਸਰਜਰੀ 2001 ਵਿੱਚ ਸਭ ਤੋਂ ਪਹਿਲਾਂ ਸ਼ੁਰੂ ਕੀਤੀ। ਬੜਾ ਉਹਦਾ ਰਿਐਕਸ਼ਨ ਹੋਇਆ, ਬੜੇ ਲੋਕਾਂ ਨੇ ਹੈਰਾਨਗੀ ਅਤੇ ਬੜੇ ਲੋਕਾਂ ਨੇ ਉਹਦੀ ਅਪੋਜੀਸ਼ਨ ਵੀ ਕੀਤੀ। ਪਰ ਮੈਂ ਉਹਨਾਂ ਨੂੰ ਇਹੀ ਕਿਹਾ ਵੀ ਜਿਹੜੇ HIV ਪੋਜ਼ਿਟਿਵ ਹੈ ਉਹਨਾਂ ਦਾ ਵੀ ਇਲਾਜ ਕਰਾਉਣ ਦਾ ਹੱਕ ਹੈ, ਅਤੇ ਠੀਕ ਹੈ ਥੋੜ੍ਹਾ ਰਿਸਕ ਉਹਦੇ 'ਚ ਹੈ, ਪਰ ਤੁਸੀਂ ਆਪਣੀਆਂ ਪੂਰੀਆਂ ਪ੍ਰੀਕੋਸ਼ਨ ਲੈ ਕੇ ਪੂਰੀ ਪਲੈਨਿੰਗ ਨਾਲ ਆਪਣੀ ਸੇਫਟੀ ਨੂੰ ਵੀ ਕੰਪਰੋਮਾਈਜ਼ ਨਹੀਂ ਕਰਨਾ, ਅਤੇ ਸਰਜਰੀਜ਼ ਕੀਤੀਆਂ, ਹੁਣ ਤਕਰੀਬਨ ਸਾਰੇ ਡਾਕਟਰ ਕਰਨ ਲੱਗ ਪਏ ਨੇ। ਗੌਰਮੈਂਟ ਸਰਵਿਸ ਦੇ ਵਿੱਚੋਂ ਮੈਨੂੰ 5 ਸਾਲ ਗੁਰੂ ਰਾਮਦਾਸ ਹੋਸਪਿਟਲ, ਜਿਹੜਾ ਕਿ ਸ਼੍ਰੋਮਣੀ ਕਮੇਟੀ ਨੇ 1977 ਦੇ ਵਿੱਚ ਅੰਮ੍ਰਿਤਸਰ ਸ਼ਹਿਰ ਦਾ 400 ਸਾਲਾ ਮਨਾਇਆ ਗਿਆ, ਉਦੋਂ ਇਸ ਹਸਪਤਾਲ ਦੀ ਨੀਂਹ ਪੱਥਰ ਉਦੋਂ ਦੇ ਪ੍ਰੈਜੀਡੈਂਟ ਆਫ ਇੰਡੀਆ ਨੀਲਮ ਸਿੰਘ ਜੀ ਬਰੈਲੀ ਨੂੰ ਰੱਖੀ ਗਈ ਸੀ। ਉਹ ਹੋਸਪਿਟਲ 1979 ਦੇ ਵਿੱਚ ਸ਼ੁਰੂ ਹੋਇਆ, ਜਦੋਂ ਕਿ ਉਸ ਵੇਲੇ ਉੱਥੇ ਡਾਕਟਰ ਬਰਾੜ ਅਤੇ ਮਿਸਿਸ ਡਾਕਟਰ ਬਰਾੜਾ, ਮੈਡੀਸਨ ਅਤੇ ਗਾਇਨੋਕੋਲੋਜਿਸਟ ਦੋਨੋਂ, ਉਹ ਉੱਥੇ ਤਾਇਨਾਤ ਹੋਏ। 7-8 ਸਾਲ ਉਹਨਾਂ ਸੇਵਾਵਾਂ ਨਿਭਾਈਆਂ। 1987 ਦੇ ਵਿੱਚ ਉਹ ਉਦੋਂ ਦੇ ਹਾਲਾਤ ਦੀ ਪੇਂਟ ਚੜ੍ਹ ਗਏ, ਅਤੇ ਉਹ ਕੁਛ ਲਾਪਤਾ ਹੋ ਗਏ, ਜਾਂ ਉਦੋਂ ਬਾਅਦ ਉਹਨਾਂ ਦਾ ਪਤਾ ਇਹੀ ਲੱਗਿਆ ਵੀ ਉਹ ਇਸ ਵੇਲੇ ਦੁਨੀਆਂ 'ਚ ਨਹੀਂ ਹੈ। ਉਸ ਤੋਂ ਬਾਅਦ ਉਸ ਹੋਸਪਿਟਲ ਬੜਾ ਡਰਦਾ ਮਾਹੌਲ, ਕਿਉਂਕਿ ਡਰਦਾ ਕੋਈ ਉੱਥੇ ਜਾਂਦਾ ਨਹੀਂ ਸੀ, ਪੰਜਾਬ ਦੇ ਹਾਲਾਤ ਜ਼ਰਾ ਬੜੇ ਖਰਾਬ ਸਨ, ਬੜਾ ਖੜਕੂਵਾਦ ਚੱਲ ਰਿਹਾ ਸੀ ਬੜਾ। ਫਿਰ ਮਨਜੀਤ ਸਿੰਘ ਕਲਕੱਤਾ ਸਕੱਤਰ ਬਣੇ, ਅਤੇ
ਉਹ ਮੇਰੀ ਸਲਾਹ ਵਗੈਰਾ ਲੈਣ ਨੂੰ ਲੱਗ ਪਏ। ਮੈਂ ਤੇ ਉਹਨਾਂ ਨੂੰ ਦੱਸਿਆ ਵੀ ਕੋਈ ਬਹੁਤ ਸੀਨੀਅਰ ਡਾਕਟਰ ਨੂੰ ਉੱਥੇ ਡਾਇਰੈਕਟਰ ਜਾਂ ਮੈਡੀਕਲ ਸੁਪਰਡੈਂਟ ਲਗਾਓ, ਪਰ ਉਹ ਗੱਲ ਸਾਰੀ ਮੇਰੇ 'ਤੇ ਹੀ ਆਈ। ਮੈਨੂੰ ਹੀ ਉੱਥੋਂ ਦੀ ਜ਼ਿੰਮੇਵਾਰੀ ਸੰਭਾਲਣੀ ਪਈ ਅਤੇ 1 January 1991 ਨੂੰ ਮੈਂ ਗੁਰੂ ਰਾਮਦਾਸ ਹਸਪਤਾਲ ਜੁਆਇਨ ਕੀਤਾ। 5 ਸਾਲ ਉੱਥੇ ਰਹੇ, ਦਿਨ ਰਾਤ ਇੱਕ ਕੀਤਾ, ਰੋਜ਼ ਦੇ 18-18, 20-20 ਘੰਟੇ। 5 ਸਾਲਾਂ 'ਚ ਮੈਨੂੰ ਨਹੀਂ ਯਾਦ ਕੋ ਮੈਂ ਇੱਕ ਵੀ ਛੁੱਟੀ ਲਈ ਹੋਵੇ। ਮੇਰੇ ਮਿਸਿਜ਼ ਡਾਕਟਰ ਮਿਸਿਜ਼ ਗਿਆਨ ਬੋਪਰ ਆਏ, ਉਹ ਗਾਇਨੇਕੋਲੋਜਿਸਟ ਸਨ, ਉਹ ਵੀ ਉੱਥੇ ਜੁਆਇਨ ਸੀ। ਅਸੀਂ ਫਿਰ ਉਸ ਹਸਪਤਾਲ ਨੂੰ ਪੂਰਾ ਅਪਗ੍ਰੇਡ ਕਰਕੇ ਸਭ ਫੈਸਿਲਿਟੀਜ਼ ਉੱਥੇ ਡਿਵੈਲਪ ਕੀਤੀਆਂ। ਉਸ ਤੋਂ ਬਾਅਦ ਉੱਥੇ 92 'ਚ ਉਦੋਂ ਦੇ ਪ੍ਰਧਾਨ ਟੌੜਾ ਸਾਹਿਬ ਦੀ ਇਜਾਜ਼ਤ ਲੈਣ ਦੀ ਕੋਸ਼ਿਸ਼ ਕੀਤੀ, ਪਰ ਉਹ ਕੁਛ ਨਹੀਂ ਸਨ ਸਹਿਮਤ। ਪਰ ਫਿਰ ਵੀ ਮੈਂ ਉੱਥੇ ਇੱਕ ਡੈਂਟਲ ਕਾਲਜ ਅਸਟੈਬਲਿਸ਼ ਕੀਤਾ। ਬੜੇ ਲੋਕ ਡਾਕਟਰ ਬਣ ਕੇ ਡੈਂਟਲ ਕਰਕੇ ਇੱਥੇ ਅਮੈਰੀਕਾ ਵੀ ਆਏ ਹੋਏ ਨੇ, ਹੋਰ ਵੀ ਕਈ ਮੁਲਕਾਂ 'ਚ ਗਏ ਨੇ, ਆਰਮੀ ਵਿੱਚ ਤਾਇਨਾਤ ਨੇ। ਫਿਰ ਮੈਂ ਉੱਥੇ ਮੈਡੀਕਲ ਕਾਲਜ ਬਣਾਉਣ ਦਾ ਵੀ ਕੰਮ ਸ਼ੁਰੂ 94 'ਚ ਕੀਤਾ। 95 'ਚ ਪੰਜਾਬ ਸਰਕਾਰ ਦਾ ਅਪਰੂਵਲ ਲੈ ਲਿਆ, ਫਿਰ 96 ਵਿੱਚ, 96 ਦੇ ਵਿੱਚ ਫਿਰ ਮੇਰਾ ਡੈਪੂਟੇਸ਼ਨ ਖਤਮ ਹੋਇਆ ਅਤੇ ਮੈਂ ਇੱਧਰ ਵਾਪਸ ਆਇਆ। ਅਤੇ 99 ਵਿੱਚ ਖਾਲਸਾ ਸਿਰਜਣਾ ਦਿਵਸ 'ਤੇ ਮੈਨੂੰ ਨਿਸ਼ਾਨੇ ਖਾਲਸਾ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਅਤੇ 2002 ਦੇ ਵਿੱਚ ਕੈਪਟਨ ਅਮਰਿੰਦਰ ਸਾਹਿਬ ਨੇ ਮੈਨੂੰ ਸਟੇਟ ਅਵਾਰਡ ਦੇ ਕੇ ਸਨਮਾਨਿਤ ਕੀਤਾ। ਹੋਰ ਵੀ ਅਵਾਰਡ 'ਤੇ ਰੂਟੀਨ ਵਾਲੀ ਗੱਲ ਹੈ, ਜਿਉਂ ਜਿਉਂ ਤੁਸੀਂ ਕੰਮ ਕਰੋ ਅਵਾਰਡ ਆਪਣੇ ਆਪ ਆਉਂਦੇ ਜਾਂਦੇ ਆ। ਅਤੇ ਪਰ ਬਹੁਤ ਤਨਦੇਹੀ ਨਾਲ, ਬੜੀ ਡੈਡੀਕੇਸ਼ਨ ਨਾਲ, ਬੜੀ ਸੂਝਬੂਝ ਨਾਲ ਕੰਮ ਕੀਤਾ ਸਾਰੀ ਉਮਰ। ਸੋਸ਼ਲ ਸਰਵਿਸ ਦੇ ਵਿੱਚ ਵੀ ਮੈਂ ਬਹੁਤ ਯੋਗਦਾਨ ਪਾਉਂਦਾ ਰਿਹਾ। ਇੱਕ ਰੂਰਲ ਐਜੂਕੇਸ਼ਨ ਪ੍ਰਮੋਸ਼ਨ ਕੌਂਸਲ ਸੀ, ਜਿਹਦਾ ਮਕਸਦ ਸੀ ਪਿੰਡਾਂ ਦੇ ਸਕੂਲਾਂ ਦੇ ਮਿਆਰ, ਪਿੰਡਾਂ ਦੇ ਸਕੂਲਾਂ ਦੇ ਬੱਚਿਆਂ ਦਾ ਉਹਨਾਂ ਦੀ ਇਨਕਰੇਜਮੈਂਟ, ਉਹਨਾਂ ਦੀ ਟ੍ਰੇਨਿੰਗ, ਉਹਨਾਂ ਦੇ ਸੈਮੀਨਾਰ, ਉਹਨਾਂ ਦੇ ਸਮਰ ਕੈਂਪਸ, ਉਹਨਾਂ ਦੇ ਐਜੂਕੇਸ਼ਨ, ਉਹ ਸਾਰਾ। ਉਹ ਮੇਰੇ ਨਾਲ ਡਾਕਟਰ ਐਸ ਐਸ ਪਵਾਰ, ਜਿਹੜੇ ਕਿ ਐਗਰੀਕਲਚਰ ਯੂਨੀਵਰਸਿਟੀ ਦੇ ਰਿਟਾਇਰਡ ਪ੍ਰੋਫੈਸਰ ਹੈੱਡ ਐਕਸਟੈਂਸ਼ਨ ਐਜੂਕੇਸ਼ਨ ਸਨ, ਉਹ ਸੀ ਕਾਫੀ 10-12-15 ਸਾਲ ਮੈਨੂੰ ਉਹਨਾਂ ਨੇ, ਮੈਂ ਉਹਦਾ ਪ੍ਰਧਾਨ ਸੀ। ਅਤੇ ਬਹੁਤ ਐਕਟੀਵਿਟੀਜ਼ ਸਾਰੀ ਸਟੇਟ ਦੇ ਵਿੱਚ ਅਸੀਂ ਕਰਦੇ ਰਹੇ। ਅਤੇ ਹੋਰ ਵੀ ਕੋਸ਼ਿਸ਼ ਕੀਤੀ ਆ ਵੀ ਹਰ ਪਾਸੇ ਜਿਹੜਾ ਵੀ ਕੋਈ ਨੈਸ਼ਨਲ ਐਮਰਜੈਂਸੀ ਆ ਉਹਦੇ ਵਿੱਚ ਵੀ ਯੋਗਦਾਨ। ਜਿਸ ਤਰ੍ਹਾਂ ਗੁਜਰਾਤ ਦੇ ਵਿੱਚ ਭੁਜ ਵਿੱਚ ਅਰਥਕੁਏਕ ਸੀ, ਬੜੀ ਡਿਸਟਰਕਸ਼ਨ ਹੋਈ, ਬੜੀ ਤਬਾਹੀ ਹੋਈ, ਉਦੋਂ ਮੈਂ ਮੈਡੀਕਲ ਟੀਮ ਇੱਥੋਂ 5-6 ਡਾਕਟਰਸ ਦੀ ਬਣਾ ਕੇ ਉਹਨਾਂ ਨੂੰ ਮੈਡੀਕਲ ਇਕਵਿਪਮੈਂਟ, ਇੰਸਟਰੂਮੈਂਟ, ਦਵਾਈਆਂ ਦੇ ਕੇ ਉੱਥੇ ਭੇਜਿਆ ਅਤੇ ਉੱਥੇ ਸੇਵਾ ਨਿਭਾਈ ਉਹਨਾਂ ਨੇ। ਫਿਰ ਕੇਰਲਾ ਵਿੱਚ ਸੁਨਾਮੀ ਵੇਵ ਆਈ, ਉਦੋਂ ਫਿਰ ਅਸੀਂ ਟੀਮ ਭੇਜੀ। ਲਦਾਖ ਅਰਥਕੁਏਕ ਵੇਲੇ ਵੀ ਅਸੀਂ ਉਹਨਾਂ ਦੇ ਯੋਗਦਾਨ ਪਾਇਆ। ਅਤੇ ਹਰ ਪਾਸੇ ਕੋਸ਼ਿਸ਼ ਕੀਤੀ ਹੈ ਵੱਧ ਤੋਂ ਵੱਧ ਕੰਮ ਕੀਤਾ ਜਾਵੇ, ਲੋਕਾਂ ਦੀ ਸੇਵਾ ਕੀਤੀ ਜਾਵੇ, ਪੂਰੀ ਇਮਾਨਦਾਰੀ ਨਾਲ, ਪੂਰੀ ਤਨਦੇਹੀ ਨਾਲ, ਪੂਰੀ ਸਫਲਤਾ ਨਾਲ ਸਾਰੀਆਂ ਸੇਵਾਵਾਂ ਨਿਭਾਈਆਂ। ਹੁਣ ਵੀ ਮੈਂ ਇਸ ਵੇਲੇ, ਭਾਵੇਂ ਉਮਰ ਮੇਰੀ 70+ ਹੋ ਗਈ, ਪਰ ਅਜੇ ਵੀ ਆਰਥੋਪੈਡਿਕ ਸਰਜਰੀ, ਜੁਆਇੰਟ ਰਿਪਲੇਸਮੈਂਟ, ਸਪਾਈਨ ਸਰਜਰੀ ਸਾਰਾ ਕੁਛ ਕਰਦੇ ਹਾਂ। ਬਲੱਡ ਡੋਨੇਸ਼ਨ 'ਤੇ ਵੀ ਬਹੁਤ ਪ੍ਰਮੋਟ ਕੀਤਾ, ਬਲੱਡ ਡੋਨੇਸ਼ਨ ਦੇ ਬੜੇ ਕੈਂਪ ਲਵਾਏ ਜੀ। ਡਾਕਟਰ ਸਾਹਿਬ, ਗੱਲਬਾਤ ਇਸੇ ਤਰ੍ਹਾਂ ਰਹੇਗੀ ਜਾਰੀ ਅਤੇ ਦਰਸ਼ਕ ਵੀ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹਿਣਗੇ। ਤਾਂ ਜਿਸ ਤਰ੍ਹਾਂ ਚੱਲ ਰਹੇ ਪ੍ਰੋਗਰਾਮ ਦੇ ਵਿੱਚ ਬ੍ਰੇਕ ਲੈਣੀ ਪੈ ਜਾਂਦੀ ਹੈ, ਸਾਨੂੰ ਇੱਕ ਬ੍ਰੇਕ ਲੈਂਦੇ ਹਾਂ ਛੋਟੀ ਜੀ। ਸੋ ਦਰਸ਼ਕੋ, ਕਿਤੇ ਨਾ ਜਾਇਓ, ਬਹੁਤ ਸਾਰੀਆਂ ਗੱਲਾਂ ਅਤੇ ਬਹੁਤ ਸਾਰੀ ਜਾਣਕਾਰੀ ਲੈਣੀ ਹੈ ਅਸੀਂ ਡਾਕਟਰ ਸਾਹਿਬ ਕੋਲੋਂ, ਬਹੁਤ ਸਾਰੀ ਨੌਲੇਜ ਲੈਣੀ ਹੈ ਡਾਕਟਰ ਸਾਹਿਬ ਕੋਲੋਂ ਅਤੇ ਬਹੁਤ ਹੀ ਪਤੇ ਦੀਆਂ ਗੱਲਾਂ ਕਰਨੀਆਂ ਨੇ ਡਾਕਟਰ ਸਾਹਿਬ ਦੇ ਨਾਲ। ਸੋ ਵੇਲਾ ਚੱਲਿਆ, ਛੋਟੀ ਜਿਹੀ ਬ੍ਰੇਕ ਦਾ ਲੈਣੇ ਹਾਂ, ਛੋਟੀ ਜਿਹੀ ਬ੍ਰੇਕ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਸਤਿ ਸ਼੍ਰੀ ਅਕਾਲ ਦਰਸ਼ਕੋ, ਸਵਾਗਤ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ ਪ੍ਰੋਗਰਾਮ ਦਿਲ ਦੀਆਂ ਗੱਲਾਂ ਦੇ ਵਿੱਚ।
ਤੁਸੀਂ ਅੱਜ ਦਾ ਪ੍ਰੋਗਰਾਮ ਦੇਖ ਰਹੇ ਹੋ ਫਿਲਡਲਫੀਆ ਪੈਨਸਲਵੇਨੀਆ ਦੇ ਸਟੂਡੀਓ ਤੋਂ। ਜੇ ਤੁਸੀਂ ਵੀ ਸਾਡੇ ਇਸ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ ਤੇ ਸਾਡੇ ਨਾਲ ਜੁੜ ਸਕਦੇ ਹੋ ਸਾਡੇ ਕਿਸੇ ਵੀ ਪ੍ਰੋਗਰਾਮ ਦੇ ਵਿੱਚ, ਜਸ ਪੰਜਾਬੀ ਤੇ ਚੱਲ ਰਹੇ ਕਿਸੇ ਪ੍ਰੋਗਰਾਮ ਦੇ ਵਿੱਚ, ਜੇ ਸਾਡੇ ਨਾਲ ਸੰਪਰਕ ਕਰਨਾ ਚਾਹੁੰਦੇ ਹੋ ਤੇ ਕਰ ਸਕਦੇ ਹੋ nick@justbroadcasting.com ਦੇ ਉੱਪਰ ਜਾਂ ਫਿਰ info@justbroadcasting.com ਦੇ ਉੱਪਰ ਸੰਪਰਕ ਕਰਕੇ ਤੁਹਾਡਾ ਕੋਈ ਵੀ ਮੈਸੇਜ ਹੈ, ਕੋਈ ਵੀ ਬਿਜ਼ਨਸ ਹੈ, ਕੋਈ ਵੀ ਇਨਫੋਰਮੇਸ਼ਨ ਹੈ, ਕੋਈ ਵੀ ਟੈਲੈਂਟ ਹੈ, ਕੁਛ ਵੀ ਹੈ ਪੂਰੀ ਦੁਨੀਆ ਦੇ ਵੱਖਰੇ ਵੱਖਰੇ ਦੇਸ਼ਾਂ ਦੇ ਵਿੱਚ, ਵੱਖਰੇ ਵੱਖਰੇ ਸ਼ਹਿਰਾਂ ਦੇ ਵਿੱਚ ਤੁਸੀਂ ਪਹੁੰਚਾ ਸਕਦੇ ਹੋ ਜਸ ਪਰਿਵਾਰ ਦੇ ਨਾਲ ਜੁੜ ਕੇ। ਤੇ ਅੱਜ ਦੇ ਚੱਲ ਰਹੇ ਇਸ ਲਾਈਵ ਪ੍ਰੋਗਰਾਮ ਦੇ ਵਿੱਚ ਜੇ ਤੁਸੀਂ ਸਾਡੇ ਨਾਲ ਜੁੜਨਾ ਚਾਹੁੰਦੇ ਹੋ ਤੇ ਸਾਡੇ ਥੱਲੇ ਲਿਖੇ ਨੰਬਰ ਦੇ ਉੱਪਰ ਕਾਲ ਕਰਕੇ ਸਾਡੇ ਨਾਲ ਜੁੜ ਸਕਦੇ ਹੋ। ਤੇ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ ਸੀਗਾ ਕਿ 26 ਜਨਵਰੀ ਨੂੰ ਜਿਹੜੀ ਦਿੱਲੀ ਦੇ ਵਿੱਚ ਕਿਸਾਨ ਰੈਲੀ ਜਿਹੜੀ ਬਹੁਤ ਵੱਡੀ ਟਰੈਕਟਰ ਪਰੇਡ ਜਿਹੜੀ ਨਿਕਲ ਰਹੀ ਹੈ, ਉਸ ਦਾ ਤੁਸੀਂ ਲਾਈਵ ਪ੍ਰਸਾਰਣ ਅੱਜ ਰਾਤੀ 9:30 ਜਸ ਪੰਜਾਬੀ ਦੇ ਉੱਪਰ ਔਨਵਰਡ ਦੇਖ ਸਕਦੇ ਹੋ। ਪਲੀਜ਼ ਟਿਊਨ ਇਨ ਹੋਇਓ। ਤੇ ਮੈਂ ਵੈਲਕਮ ਕਰ ਰਿਹਾ ਬ੍ਰੇਕ ਤੋਂ ਬਾਅਦ ਫਿਰ ਜਿਹੜੇ ਸਾਡੇ ਅੱਜ ਦੇ ਮਹਿਮਾਨ ਨੇ, ਡਾਕਟਰ ਆਰਪੀ ਸਿੰਘ ਬੋਪਾ ਰਾਏ ਜੀ, ਜਿਨ੍ਹਾਂ ਨੇ ਆਪਣੀ ਇੰਟਰੋਡਕਸ਼ਨ ਦੇ ਵਿੱਚ, ਜਿਹੜੇ ਕਿ ਕਿਸੇ ਤਾਰੀਫ ਦੇ ਮੁਹਤਾਜ ਨਹੀਂ ਨੇ, ਤੁਸੀਂ ਉਹਨਾਂ ਦਾ ਨਾਂ ਜਦੋਂ ਸੁਣਦੇ ਹੋ ਤਾਂ ਜਿਹੜੇ ਵੀ ਲੋਕ ਆਪਣੇ ਆਪਣੇ ਦੇਸ਼ ਨਾਲ ਆਪਣੀ ਕੌਮ ਨਾਲ ਜੁੜੇ ਨੇ, ਉਹ ਨਾਮ ਲੈਣ ਤੋਂ ਬਾਅਦ ਉਹ ਆਪਣੇ ਆਪ ਹੀ ਇੱਕ ਇੰਟਰੋਡਕਸ਼ਨ ਉਹਨਾਂ ਦੀ ਆ ਜਾਂਦੀ ਹੈ, ਇੱਕ ਮਾਣ ਸਾਨੂੰ ਮਹਿਸੂਸ ਹੁੰਦਾ। ਸਵਾਗਤ ਹੈ ਜੀ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਡਾਕਟਰ ਸਾਹਿਬ। ਧੰਨਵਾਦ ਜੀ। ਸੋ ਡਾਕਟਰ ਸਾਹਿਬ, ਆਪਾਂ ਗੱਲਬਾਤ ਕਰ ਰਹੇ ਸੀਗਾ ਤਾਂ ਉਹਦੇ ਵਿੱਚ ਆਪਾਂ ਤੁਹਾਡੀ ਇੰਟਰੋਡਕਸ਼ਨ ਸੁਣੀ, ਕਿਹੜੇ ਕਿਹੜੇ ਤੁਸੀਂ ਕੰਮ ਕੀਤੇ ਨੇ, ਸੇਵਾਵਾਂ ਕੀਤੀਆਂ ਨੇ, ਮੈਂ ਤਾਂ ਇਹ ਕਹੂੰਗਾ। ਤੇ ਉਸ ਦੇ ਨਾਲ ਨਾਲ ਜਿੱਥੇ ਖੁਦ ਕੰਮ ਕੀਤਾ, ਜਿੱਥੇ ਐਜ਼ ਏ ਆਪਾਂ ਹਰ ਕੋਈ ਕਰਦਾ ਆ, ਭਾਵੇਂ ਗੌਰਮੈਂਟ ਇੰਪਲੋਈ ਹੈ, ਪ੍ਰਾਈਵੇਟ ਖੇਤਰ ਦੇ ਵਿੱਚ ਆ ਕਿਤੇ ਵੀ ਨਾ ਕਿਤੇ, ਪਰ ਇੱਕ ਮੁਕਾਮ ਬਣਾ ਲੈਣਾ, ਇੱਕ ਆਪਣੀ ਨਵੀਂ ਇੱਕ ਵੱਖਰੀ ਜਗ੍ਹਾ ਬਣਾ ਲੈਣੀ, ਇੱਕ ਵੱਖਰੀ ਪਹਿਚਾਣ ਬਣਾ ਲੈਣੀ, ਉਸ ਦੇ ਪਿੱਛੇ ਬਹੁਤ ਸਾਰੀ ਮਿਹਨਤ ਹੁੰਦੀ ਆ ਅਤੇ ਬਹੁਤ ਸਾਰੀਆਂ ਬਲੈਸਿੰਗਸ ਵੀ ਹੁੰਦੀਆਂ ਨੇ ਉਸ ਦੇ ਵਿੱਚ। ਸੋ ਇੱਥੋਂ ਅੱਗੇ ਗੱਲਬਾਤ ਸ਼ੁਰੂ ਕਰਦੇ ਹਾਂ, ਪਰ ਇੱਕ ਕਾਲਰ ਨੇ, ਆਪਾਂ ਕਾਲਰ ਲੈ ਲੈਂਦੇ ਹਾਂ ਫਿਰ ਉਸ ਤੋਂ ਅੱਗੇ ਫਿਰ ਗੱਲਬਾਤ ਸ਼ੁਰੂ ਕਰਦੇ ਹਾਂ ਡਾਕਟਰ ਸਾਹਿਬ। ਹਾਂਜੀ, ਹੈਲੋ ਹੈਲੋ, ਸਤਿ ਸ੍ਰੀ ਅਕਾਲ ਜੀ। ਹਾਂਜੀ ਸਤਿ ਸ੍ਰੀ ਅਕਾਲ ਭਾਜੀ। ਹਾਂਜੀ ਸਤਿ ਸ੍ਰੀ ਅਕਾਲ, ਸਵਾਗਤ ਹੈ ਤੁਹਾਡਾ ਬਹੁਤ ਬਹੁਤ ਸਾਡੇ ਪ੍ਰੋਗਰਾਮ ਦਿਲ ਦੀਆਂ ਗੱਲਾਂ ਦੇ ਵਿੱਚ, ਤੇ ਸਾਡੇ ਨਾਲ ਡਾਕਟਰ ਸਾਹਿਬ ਵੀ ਨੇ। ਤਾਂ ਤੁਸੀਂ ਕਿੱਥੋਂ ਬੋਲ ਰਹੇ ਹੋ ਤੇ ਕੌਣ ਬੋਲ ਰਹੇ ਹੋ ਜੀ? ਅਸੀਂ ਨਿਊਯਾਰਕ ਤੋਂ ਬੋਲਦੇ ਹਾਂ, ਮੇਰਾ ਨਾਮ ਸੁਰਜੀਤ ਕੌਰ ਹੈ, ਮੈਂ ਡਾਕਟਰ ਸਾਹਿਬ ਨਾਲ ਗੱਲ ਕਰ ਰਹੀ ਸੀ ਜੀ। ਕਰੋ। ਹਾਂਜੀ ਹਾਂਜੀ ਭੈਣ ਜੀ। ਹਾਂਜੀ ਹਾਂਜੀ ਡਾਕਟਰ ਸਾਹਿਬ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਹੈਲੋ। ਹਾਂਜੀ ਹਾਂਜੀ, ਸੁਣ ਰਹੇ ਨੇ ਆਵਾਜ਼ ਤੁਸੀਂ? ਅੱਛਾ ਜੀ, ਮੈਂ ਪੁੱਛਣਾ ਸੀਗਾ ਕਿ ਮੇਰੇ ਡੈਡੀ 70+ ਹੈ, ਉਹਨਾਂ ਦੀ ਏਜ, ਤੇ ਉਹਨਾਂ ਦੀਆਂ ਨਾ ਲੱਤਾਂ ਜਿਹੜੀਆਂ ਬਹੁਤ ਸੌ ਜਾਂਦੀਆਂ ਆ। ਹਾਂਜੀ, ਲੱਤਾਂ ਸੌ ਜਾਂਦੀਆਂ? ਹੈਲੋ, ਸੌ ਜਾਂਦੀ? ਹਾਂਜੀ, ਲਾਈਕ ਜਦੋਂ ਉਹ ਤੁਰਦੇ ਆ ਨਾ, ਇੱਕਦਮ ਖੜ ਜਾਂਦੀਆਂ ਲੱਤਾਂ। ਅੱਛਾ ਜੀ, ਉਹਨਾਂ ਦੇ ਕੋਈ ਟੈਸਟ ਇਨਵੈਸਟੀਗੇਸ਼ਨ, ਕੋਈ ਸਪਾਈਨ ਦੇ ਐਕਸਰੇ ਜਾਂ ਕੋਈ MRI, ਉਹ ਕਿਤੇ ਡਾਇਬੈਟਿਕ ਤੇ ਨਹੀਂ, ਸ਼ੂਗਰ ਤੇ ਨਹੀਂ ਉਹਨਾਂ ਨੂੰ? ਹੈਲੋ ਜੀ ਜੀ ਭੈਣ ਜੀ, ਤੁਹਾਨੂੰ ਆਵਾਜ਼ ਆ ਰਹੀ ਹੈ? ਨਹੀਂ ਭਾਜੀ, ਮੈਨੂੰ ਆਵਾਜ਼ ਨਹੀਂ ਆਉਂਦੀ। ਅੱਛਾ, ਮੇਰੀ ਆਵਾਜ਼ ਆ ਰਹੀ ਤਾਂ? ਹਾਂਜੀ, ਤੁਹਾਡੀ ਬਹੁਤ ਵਧੀਆ ਆਉਂਦੀ ਹੈ ਜੀ। ਡਾਕਟਰ ਸਾਹਿਬ ਪੁੱਛ ਰਹੇ ਨੇ ਕਿ ਉਹ ਡਾਇਬੀਟਿਕ ਤੇ ਨਹੀਂ ਨੇ, ਸ਼ੂਗਰ ਦੇ? ਨਹੀਂ, ਕੋਈ ਪ੍ਰੋਬਲਮ ਨਹੀਂ ਉਹਨਾਂ ਨੂੰ ਹੈਗੀ ਭਾਜੀ। ਅੱਛਾ, ਉਹਨਾਂ ਦਾ ਵਜਨ ਵਗੈਰਾ ਨਾਰਮਲ ਹੈ? ਕੋਈ ਬਹੁਤੇ ਹੈਵੀ weight ਤੇ ਨਹੀਂ? ਹੈਲੋ ਜੀ, ਡਾਕਟਰ ਸਾਹਿਬ ਪੁੱਛ ਰਹੇ ਨੇ ਕਿ ਉਹਨਾਂ ਦਾ weight ਓਵਰ weight ਤੇ ਨਹੀਂ ਨੇ ਉਹ? ਨਹੀਂ ਭਾਜੀ, ਉਹ ਵੀ ਨਹੀਂ ਓਵਰ weight ਵੀ ਨਹੀਂ ਹੈਗਾ, ਐਕਟਿਵ ਬੜੇ ਆ, ਬਾਈਕ ਚਲਾਉਂਦੇ, ਸਾਈਕਲ ਚਲਾਉਂਦੇ ਆਪ ਜੀ। ਬਸ ਉਹਨਾਂ ਨੂੰ ਨਾ ਲਾਈਕ ਜਿੱਦਾਂ PGI ਚੰਡੀਗੜ੍ਹ ਤੋਂ ਵੀ ਐਕਸਰੇ ਵਗੈਰਾ ਕਰਾਏ, ਉਹ ਕਹਿੰਦੇ ਕਿ ਤੁਹਾਡੇ ਇੱਥੇ ਬੈਕ ਦੇ ਪਿੱਛੇ ਕੋਈ ਬੋਨ ਆ, ਉੱਥੇ ਕੋਈ ਸਪੇਸ ਆ, ਉਹਦੀ ਵਜ੍ਹਾ ਨਾਲ ਹੋ ਜਾਂਦਾ, ਇੱਦਾਂ ਕੁਛ ਦੱਸਦੇ ਸੀ। ਨਹੀਂ ਜੀ, ਉਹ ਇਸ ਤਰ੍ਹਾਂ ਹੁੰਦਾ ਹੈ ਕਿ ਜਿਹੜੀ ਸੰਗਲੀ ਆ, ਸਪਾਈਨ ਦੇ 33 ਮਣਕੇ ਹੁੰਦੇ ਆ, ਤੇ ਹਰ ਦੋ ਮਣਕਿਆਂ ਦੇ ਵਿੱਚ ਇੱਕ ਡਿਸਕ ਹੁੰਦੀ ਆ, ਉਹ ਡਿਸਕ ਕਿਸੇ ਵੇਲੇ ਪ੍ਰੋਲੈਪਸ ਕਰਦੀ ਆ ਜਾਂ ਡਿਸਕ ਦੀ ਬਲਜ ਹੁੰਦੀ ਆ ਜਿਹੜੀ ਕਿ ਨਾੜਾਂ ਨੂੰ ਦਬਾਉਂਦੀ ਆ ਤੇ ਥੋੜਾ ਜਿਹਾ ਉਹ ਸੁੰਨਾ ਬਣਾਉਂਦਾ ਹੈ।
ਜੇ ਉਹਨਾਂ ਦੀ ਲੱਤਾਂ ਦੀ ਪਾਵਰ ਪੂਰੀ ਆ, ਚਲਦੇ ਫਿਰਦੇ ਨੇ, ਸਾਈਕਲ ਚਲਾਉਂਦੇ ਨੇ, ਫਿਰ ਕੋਈ ਚਿੰਤਾ ਵਾਲੀ ਗੱਲ ਨਹੀਂ ਹੈ। ਥੋੜ੍ਹਾ ਬਹੁਤਾ ਜੇ ਸੁਣ ਕਿਸੇ ਵੇਲੇ ਹੁੰਦੀਆਂ ਨੇ ਤੇ ਉਹ ਸਪਾਈਨ ਦੇ ਐਕਸਰੇ ਜਾਂ ਐਮ ਆਰ ਆਈ ਕਰਾ ਕੇ ਉਹਦੀ ਇਵੈਲੂਏਸ਼ਨ ਕਰਾਉਣੀ ਚਾਹੀਦੀ ਆ ਵੀ ਕੋਈ ਸਰਜਰੀ ਦੀ ਲੋੜ ਹੈ ਜਾਂ ਨਹੀਂ ਲੋੜ। ਪਰ ਉਹ ਜਿੰਨਾ ਵੱਧ ਤੋਂ ਵੱਧ ਚੱਲਣ, ਐਕਸਰਸਾਈਜ਼ ਕਰਨ, ਸਾਈਕਲਿੰਗ ਕਰਨ, ਉਹ ਉਹਨਾਂ ਲਈ ਅੱਛਾ ਹੈ ਕਿਉਂਕਿ ਲੱਤਾਂ ਦੀ ਪਾਵਰ ਜਿਹੜੀ ਮਸਲ ਪਾਵਰ ਮੇਨਟੇਨ ਰਵੇ ਅਤੇ ਉਹ ਠੀਕ ਤਰ੍ਹਾਂ ਚੱਲ ਫਿਰ ਸਕਣ। ਉਹ ਸਪਾਈਨ ਦੀ ਥੋੜ੍ਹੀ ਜਿਹੀ ਇਵੈਲੂਏਸ਼ਨ, ਐਮ ਆਰ ਆਈ ਅਤੇ ਸਪਾਈਨ ਐਗਜ਼ਾਮੀਨੇਸ਼ਨ ਸਾਰਾ ਹੋਣਾ ਚਾਹੀਦਾ ਹੈ। ਉਸ ਤੋਂ ਬਾਅਦ ਤੁਸੀਂ ਮੇਰਾ ਅੰਮ੍ਰਿਤਸਰ ਦਾ ਨੰਬਰ 7009302800 ਇਹਦੇ 'ਤੇ ਡਾਇਲ ਕਰਕੇ ਜਦੋਂ ਮਰਜ਼ੀ ਮੈਨੂੰ ਤੁਸੀਂ ਪੁੱਛ ਸਕਦੇ ਹੋ। ਮੈਨੂੰ ਵਟਸਐਪ 'ਤੇ ਉਹਨਾਂ ਦੀਆਂ ਰਿਪੋਰਟਾਂ, ਐਕਸਰੇ ਭੇਜ ਸਕਦੇ ਹੋ, ਐੱਮ ਆਰ ਆਈ ਭੇਜ ਸਕਦੇ ਹੋ ਅਤੇ ਸਾਰੀ ਮੈਡੀਕਲ ਐਡਵਾਈਸ ਸਾਨੂੰ ਦਿੱਤੀ ਜਾਏਗੀ ਜੀ। ਬਹੁਤ ਬਹੁਤ ਸ਼ੁਕਰੀਆ ਭੈਣ ਜੀ, ਤੁਸੀਂ ਕੰਟੈਕਟ ਕਰਕੇ ਜਾਂ ਈਮੇਲ ਕਰਕੇ ਕਿਸੇ ਵੀ ਤਰੀਕੇ ਨਾਲ ਆਪਣੀਆਂ ਜੋ ਵੀ ਮੈਂ ਜਿਸ ਤਰ੍ਹਾਂ ਕਹਿ ਰਹੇ ਨੇ ਕਿ ਉਸਦੀ ਸਪਾਈਨ ਦੀ ਐੱਮ ਆਰ ਆਈ, ਲੋਅਰ ਪਾਰਟ ਬੈਕ ਦੀ, ਤਾਂ ਉਹ ਚੀਜ਼ਾਂ ਜਿਹੜੀਆਂ ਨੇ ਸ਼ੇਅਰ ਕਰਕੇ ਤਾਂ ਉਸਦੇ ਬਾਰੇ ਤੁਸੀਂ ਜਾਣਕਾਰੀ ਲੈ ਸਕਦੇ ਹੋ। ਤਾਂ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਨੂੰ ਕਾਲ ਕਰਨ ਵਾਸਤੇ। ਤੁਸੀਂ ਸਾਡਾ ਥੱਲੇ ਮੈਸੇਜ ਆ ਰਿਹਾ nick@justbroadcasting.com ਦੇ ਉੱਪਰ ਈਮੇਲ ਕਰ ਲਿਓ, ਅਸੀਂ ਤੁਹਾਨੂੰ ਜਾਣਕਾਰੀ ਦੇ ਦਾਂਗੇ ਇਹਨਾਂ ਦੀ। ਠੀਕ ਹੈ ਭਾਜੀ, ਥੈਂਕ ਯੂ ਭਾਜੀ ਜੀ, ਬਹੁਤ ਬਹੁਤ ਓਕੇ। ਸੋ ਡਾਕਟਰ ਸਾਹਿਬ, ਇਸ ਤਰ੍ਹਾਂ ਜਿਸ ਤਰ੍ਹਾਂ ਸਾਡੇ ਮਹਿਮਾਨ ਸਵਾਲ ਸੀਗਾ, ਕਿਉਂਕਿ ਜਿੱਥੇ ਅਸੀਂ ਕਮਰਸ਼ੀਅਲ ਹੈਗੇ ਹਾਂ, ਜਿੱਥੇ ਅਸੀਂ ਪ੍ਰੋਫੈਸ਼ਨਲ ਹੈਗੇ ਹਾਂ, ਉੱਥੇ ਨਾਲ ਦੀ ਨਾਲ ਜਿੱਥੇ ਜਿੱਦਾਂ ਆਪਾਂ ਗੱਲ ਕਰਦੇ ਹਾਂ ਸੋਸ਼ਲ ਸਰਵਿਸਿਜ਼ ਦੀ ਸੇਵਾ ਦੀ, ਤਾਂ ਇਹ ਕਿਤੇ ਨਾ ਕਿਤੇ ਜਦੋਂ ਆਪਾਂ ਇੱਕ ਲਿੰਕ ਬਣੇ ਹੁੰਦੇ ਹਾਂ, ਇੱਕ ਸਾਨੂੰ ਉਸ ਵਾਹਿਗੁਰੂ ਨੇ ਇੱਕ ਪਲੇਟਫਾਰਮ ਦਿੱਤਾ ਹੁੰਦਾ ਵਾ ਜਿੱਥੇ ਆਪਾਂ ਗੱਲਬਾਤ ਕਰਦੇ ਹਾਂ ਅਤੇ ਵਿਚਾਰ ਸਾਂਝੇ ਕਰਦੇ ਹਾਂ, ਅਤੇ ਉਸ ਦੇ ਵਿੱਚ ਜੇ ਆਪਾਂ ਕਿਸੇ ਦੀ ਮਦਦ ਜਾਂ ਹੈਲਪ ਕਰ ਸਕੀਏ ਤਾਂ ਉਹ ਇੱਕ ਸੇਵਾ ਹੀ ਹੈ, ਜਿਸ ਤਰ੍ਹਾਂ ਤੁਸੀਂ ਸਾਰੀ ਉਮਰ ਕੀਤੀ ਹੈ। ਮੈਂ ਜੀ ਹੁਣ ਵੀ, ਮੇਰਾ ਟੈਲੀਫੋਨ ਕਦੀ ਸਾਇਲੈਂਟ 'ਤੇ ਨਹੀਂ ਹੋਇਆ, ਕਦੀ ਆਫ ਨਹੀਂ ਹੋਇਆ, ਦਿਨ ਰਾਤ ਮੈਨੂੰ ਅੱਧੀ ਰਾਤ ਵੀ ਕੋਈ ਫੋਨ ਆਵੇ ਮੈਂ ਅਟੈਂਡ ਕਰਦਾ, ਪੂਰੀ ਗੱਲ ਕਰੀਦੀ ਆ, ਮਦਦ ਕਰਨ ਦੀ ਕੋਸ਼ਿਸ਼ ਕਰੀਦੀ ਆ। ਸੋ ਇਹ ਇੱਕ ਸੁਭਾਅ ਬਣ ਜਾਂਦਾ ਹੈ ਅਤੇ ਮੈਨੂੰ ਉਹ 'ਚ ਕਦੀ ਦਿੱਕਤ ਮਹਿਸੂਸ ਨਹੀਂ ਹੋਵੇ। ਜੇ ਮੈਨੂੰ ਕੋਈ ਅੱਧੀ ਰਾਤ ਫੋਨ ਕਰੇ ਅਤੇ 5 ਮਿੰਟ ਗੱਲ ਕਰਕੇ ਦੁਬਾਰਾ ਸੌਣ 'ਚ ਕੋਈ ਮੁਸ਼ਕਿਲ ਨਹੀਂ ਅਤੇ ਮੈਨੂੰ ਕੋਈ ਇਹਦੇ 'ਚ ਇਰੀਟੇਸ਼ਨ ਨਹੀਂ, ਹਰ ਵੇਲੇ ਮੇਰਾ ਫੋਨ ਰੈਡੀ ਹੈ ਐਂਡ ਹਰ ਵੇਲੇ ਮੈਂ ਤਤਪਰ ਹੈ, ਕਦੀ ਅਜੇ ਤੱਕ ਵੀ ਨਾ ਥੱਕੇਵਾਂ ਨਾ ਅਕੇਵਾਂ, ਆਈ ਐਮ ਆਲਵੇਜ਼ ਰੈਡੀ ਜੀ। ਜੀ ਜੀ, ਬਹੁਤ ਖੁਸ਼ੀ ਹੁੰਦੀ ਆ ਅਤੇ ਮਾਣ ਹੁੰਦਾ ਵਾ ਜਦੋਂ ਸਾਡੇ ਮਹਿਮਾਨ, ਜਿਸ ਤਰ੍ਹਾਂ ਸਾਡੇ ਦਰਸ਼ਕ ਜਾਣਦੇ ਨੇ ਕਿ ਹਰ ਹਫ਼ਤੇ ਅਸੀਂ ਕੁਛ ਨਾ ਕੁਛ ਖਾਸ ਲੈ ਕੇ ਆਉਣਾ ਚਾਹੁੰਦੇ ਹਾਂ। ਸੋ ਡਾਕਟਰ ਸਾਹਿਬ, ਆਪਾਂ ਤੁਹਾਡੇ ਬਾਰੇ ਜਾਣਕਾਰੀ ਲਈ, ਤੁਹਾਡੇ ਇੰਨੇ ਕੁ ਸਰਟੀਫਿਕੇਟਸ ਨੇ ਜੇ ਆਪਾਂ ਦਿਖਾਉਂਦੇ ਰਹੀਏ ਤਾਂ ਪੂਰਾ ਇੱਕ ਘੰਟਾ ਦਿਖਾ ਸਕਦੇ ਹਾਂ, ਇੰਨੀਆਂ ਕੁ ਪਿਕਚਰਸ ਨੇ, ਇੰਨੀਆਂ ਕੁ ਤੁਹਾਡੀਆਂ ਐਕਟੀਵਿਟੀਜ਼ ਜਾਂ ਜਿਹੜੀਆਂ ਤੁਹਾਡੀਆਂ ਪਹੁੰਚਾਂ ਨੇ ਜਿਹੜੀਆਂ ਤੁਸੀਂ ਹਾਸਿਲ ਕੀਤੀਆਂ ਨੇ, ਉਹ ਉਸ ਦੇ ਵਿੱਚ ਬਹੁਤ ਕੁਛ ਹੈ ਦਿਖਾਉਣ ਬਾਰੇ, ਪਰ ਦਿਖਾਉਣ ਨਾਲੋਂ ਅਸੀਂ ਸੁਣਾਉਣ ਦੇ ਵਿੱਚ ਜ਼ਿਆਦਾ ਯਕੀਨ ਰੱਖਾਂਗੇ। ਅਤੇ ਬੱਚਿਆਂ ਨੂੰ, ਜਿਸ ਤਰ੍ਹਾਂ ਤੁਹਾਡੇ 3 ਬੱਚੇ ਨੇ ਜਿਹੜੇ ਕਿ ਉਹ ਵੀ ਮੈਡੀਕਲ ਫੀਲਡ ਦੇ ਵਿੱਚ ਹੀ ਨੇ, ਤਾਂ ਤੁਸੀਂ ਤਾਂ ਜਦੋਂ ਸ਼ੁਰੂਆਤ ਤੁਹਾਡੀ ਹੁੰਦੀ ਹੈ, ਤੁਸੀਂ ਦੱਸਿਆ ਕਿ ਤੁਸੀਂ ਇੰਟੈਲੀਜੈਂਟ ਸੀਗੇ, ਬਹੁਤ ਪੜ੍ਹਾਈ ਦੇ ਵਿੱਚ ਸਕੋਲਰਸ਼ਿਪਸ ਲਈਆਂ, ਅਤੇ ਜਿੱਥੇ ਮੈਂ ਚਾਹਾਂਗਾ ਕਿ ਜਿੱਥੇ ਆਪਾਂ ਗੱਲ ਕਰਾਂਗੇ ਤੁਹਾਡੇ ਬੱਚਿਆਂ ਦੀ, ਜਿਹੜੇ ਕਿ ਇਸ ਟਾਈਮ ਦੇਸ਼ ਵਿਦੇਸ਼ਾਂ ਦੇ ਵਿੱਚ, ਲਾਈਕ ਜਿਸ ਤਰ੍ਹਾਂ ਇੱਕ ਤੁਹਾਡੇ ਡਾਟਰ ਨਿਊਯਾਰਕ ਦੇ ਵਿੱਚ ਨੇ, ਤਾਂ ਉਹਨਾਂ ਬਾਰੇ ਜਾਣਕਾਰੀ ਵੀ ਦਿਓ। ਅਤੇ ਇੱਕ ਚੱਲ ਰਹੇ ਪ੍ਰੋਗਰਾਮ ਦੇ ਵਿੱਚ ਹੀ, ਕਿਉਂਕਿ ਮੈਂ ਵਿੱਚ ਰੁਕਾਵਟ ਨਹੀਂ ਬਣਨਾ ਚਾਹੁੰਦਾ ਜਦੋਂ ਤੁਸੀਂ ਬੋਲਦੇ ਹਾਂ, ਜਿਹੜੇ ਸਾਡੀ ਨਵੀਂ ਜਨਰੇਸ਼ਨ ਹੈ ਇਸ ਫੀਲਡ ਦੇ ਵਿੱਚ ਆਉਣਾ ਚਾਹੁੰਦੀ ਹੈ, ਕਿੱਦਾਂ ਉਹਨਾਂ ਵਾਸਤੇ ਕੀ ਕਰਨਾ ਚਾਹੀਦਾ ਹੈ ਅਤੇ ਕਿੱਦਾਂ ਉਹਨਾਂ ਨੂੰ ਕਿਹੜੀ ਸੇਧ ਲੈਣੀ ਚਾਹੀਦੀ ਹੈ? ਦੇਖੋ ਜੀ, ਹਰ ਇੱਕ ਬੱਚਾ, ਨੌਜਵਾਨ, ਉਹ ਆਪਣੀ ਚੋਇਸ ਦੇ ਮੁਤਾਬਕ ਆਪਣਾ ਕੈਰੀਅਰ ਪਰਸੂ ਕਰੇ। ਪੜ੍ਹਾਈ ਜਿਹੜੀ ਆ ਪੂਰੇ ਦਿਲ ਲਾ ਕੇ ਹੁੰਦੀ ਆ, ਪੜ੍ਹਾਈ ਵੇਲੇ ਜੇ ਕੋਈ ਡਾਇਵਰਸ਼ਨ ਹੈ ਜਾਂ ਕੋਈ ਇੱਧਰ ਉੱਧਰ ਧਿਆਨ ਹੈ ਤਾਂ ਨੈਚੁਰਲੀ ਪੜ੍ਹਾਈ ਉੰਨੀ ਅੱਛੀ ਨਹੀਂ ਹੋ ਸਕਦੀ। ਸੋ ਮੇਰੇ 3 ਬੱਚੇ, ਵੱਡੀ ਬੇਟੀ ਵੀ ਇੱਥੇ ਟੋਪਰ ਸੀ ਅੰਮ੍ਰਿਤਸਰ ਸੈਕਰਡ ਹਾਰਟ ਐਂਡ ਉਹ ਮੈਡੀਕਲ ਕਾਲਜ CMC ਲੁਧਿਆਣੇ ਤੋਂ MBBS ਕਰਕੇ ਫਿਰ ਅਮੈਰੀਕਾ ਆਪਣੇ ਆਪ ਹੀ ਪਹੁੰਚ ਕੇ
ਰੈਜ਼ੀਡੈਂਸੀ ਜੁਆਇਨ ਕਰ ਲਈ ਸਾਰਾ ਕੁਛ। ਛੋਟੀ ਬੇਟੀ ਨੇ BTS ਡੈਂਟਲ ਦਾ ਕਰਕੇ, ਉਹ ਕੈਲੀਫੋਰਨੀਆ 'ਚ ਹੈ, ਵੈਲ ਸੈਟਲਡ ਹੈ। ਬੇਟਾ ਸਾਰੀ ਸਟੇਟ ਦਾ ਟੋਪਰ ਸੀ, ਉਹ ਫਿਰ ਨਿਊਯਾਰਕ ਆ ਕੇ ਇੱਥੇ ਰੈਜ਼ੀਡੈਂਸੀ 4 ਸਾਲ ਦੀ ਐਨਸਥੀਸੀਓਲੋਜੀ, ਫਿਰ ਫੈਲੋਸ਼ਿਪ ਮੈਰੀਲੈਂਡ ਯੂਨੀਵਰਸਿਟੀ ਬਾਲਟੀਮੋਰ, ਸੈਕਿੰਡ ਫੈਲੋਸ਼ਿਪ ਫਿਰ ਨਿਊਯਾਰਕ। ਉਹਨੇ ਸ਼ੁਰੂ ਵਿੱਚ ਕੋਲੰਬੀਆ ਯੂਨੀਵਰਸਿਟੀ ਦਾ ਮਾਸਟਰਜ਼ ਇਨ ਜਰਨਲਿਜ਼ਮ ਬ੍ਰੌਡਕਾਸਟਿੰਗ ਵੀ ਕੀਤਾ, ਉਹ ਵੀ 7-8 ਸਾਲ ਤੋਂ ਅਮੈਰੀਕਾ 'ਚ ਹੈ। ਤੋ ਮੈਂ ਵੀ ਤਕਰੀਬਨ ਹਰ ਸਾਲ ਵਿਜ਼ਿਟ ਕਰਦਾ ਹਾਂ ਬੱਚਿਆਂ ਨੂੰ ਮਿਲਣ ਵਾਸਤੇ, ਤਿੰਨਾਂ ਦੇ ਕੋਲ 10-15 ਦਿਨ, ਅਤੇ ਫਿਰ ਵਾਪਸ ਅੰਮ੍ਰਿਤਸਰ ਆਣ ਕੇ ਫਿਰ ਇੱਥੇ ਕੰਮ ਸ਼ੁਰੂ ਕਰੀਦਾ ਆਪਣਾ। ਜੀ ਜੀ ਡਾਕਟਰ ਸਾਹਿਬ, ਜ਼ਰੂਰ ਜਦੋਂ ਹੁਣ ਨੈਕਸਟ ਟਾਈਮ ਅਮੈਰੀਕਾ ਵਿਜ਼ਿਟ ਕਰੋਗੇ ਤਾਂ ਜ਼ਰੂਰ ਸਾਡੇ ਨਾਲ ਕੰਟੈਕਟ ਕਰਿਓ, ਅਸੀਂ ਤੁਹਾਨੂੰ ਆਪਣੇ ਸਟੂਡੀਓ ਦੇ ਵਿੱਚ ਜ਼ਰੂਰ ਲਾਈਵ ਲੈ ਕੇ ਆਵਾਂਗੇ, ਤਾਂ ਹੋਰ ਬਹੁਤ ਸਾਰੀ ਜਾਣਕਾਰੀ ਵੀ ਤੁਹਾਡੇ ਕੋਲ ਲਵਾਂਗੇ। ਹਾਂ ਬਿਲਕੁਲ ਜੀ, ਜ਼ਰੂਰ ਤੁਹਾਡੇ ਕੋਲ ਹਾਜ਼ਰ ਹੋਵਾਂਗੇ, ਮਿਲਾਂਗੇ ਤੁਹਾਨੂੰ। ਜੀ ਜੀ ਡਾਕਟਰ ਸਾਹਿਬ, ਗੱਲ ਆਪਾਂ ਕਰ ਰਹੇ ਸੀਗੇ ਜਿੱਥੇ ਮੈਂ ਇੱਕ ਹੋਰ ਚੱਲ ਰਹੇ ਪ੍ਰੋਗਰਾਮ ਦੇ ਵਿੱਚ ਦੱਸਣਾ ਚਾਹਾਂਗਾ ਕਿ ਜਿੱਦਾਂ ਤੁਸੀਂ ਸੇਵਾ ਦੇ ਵਿੱਚ, ਸਾਡੇ ਇੱਥੋਂ ਡਾਕਟਰ ਨੇ ਇੱਕ ਐਸੋਸੀਏਸ਼ਨ ਹੈ ਜਿਸਦੇ ਨਾਲ ਮੈਂ ਵੀ ਜੁੜਿਆ ਵਾਂ, 5 ਰਿਵਰ ਹਾਰਟ ਐਸੋਸੀਏਸ਼ਨ, ਤਾਂ ਉਸਦੇ ਵਿੱਚ ਨੇ ਸਾਡੇ ਨੌਜਵਾਨ ਡਾਕਟਰ ਡਾਕਟਰ ਸਵੈਮਾਨ ਪੱਕੋ ਕੇ ਜਿਹੜੇ ਕਿ ਇਸ ਟਾਈਮ ਟੀਕਰੀ ਬਾਰਡਰ ਦੇ ਉੱਪਰ ਇੱਕ ਕੈਂਪ, ਮੈਡੀਕਲ ਕੈਂਪ ਦੀ ਸੇਵਾ ਕਰ ਰਹੇ ਨੇ, ਉਸਦੇ ਨਾਲ ਹੀ ਉਹਨਾਂ ਨੇ ਇੱਕ ਉੱਥੇ ਕੈਲੀਫੋਰਨੀਆ ਪਿੰਡ ਕਰਕੇ ਇੱਕ ਪਿੰਡ ਉਸਾਰਿਆ ਜਿਸ ਦੇ ਵਿੱਚ 2000 ਤੋਂ ਵੱਧ ਲੋਕ ਇਸ ਠੰਡ ਦੇ ਵਿੱਚ ਜਿਹੜੇ ਕਿ ਉਹਦੇ ਅੰਦਰ ਰਹਿ ਸਕਦੇ ਨੇ, ਉਹਨਾਂ ਨੂੰ ਪੂਰੀ ਜਿਹੜੀ ਵੀ ਮੈਡੀਕਲ ਸਹਾਇਤਾ, ਜਿਹੜੀ ਵੀ ਹੈਲਪ ਦੀ ਲੋੜ ਹੈਗੀ ਆ, ਉਹ ਵੀ ਦੇ ਰਹੇ ਨੇ। ਸੋ ਕਿਉਂਕਿ ਜਦੋਂ ਆਪਾਂ ਇਸ ਚੀਜ਼ ਨਾਲ ਜੁੜੇ ਹੁੰਦੇ ਹਾਂ ਅਤੇ ਸੇਵਾ ਨਾਲ ਜੁੜੇ ਹੁੰਦੇ ਹਾਂ, ਖਾਸ ਕਰਕੇ ਤਾਂ ਉਹ ਹਾਲੇ ਯੰਗ ਏਜ ਦੇ ਨੇ, ਮੇਰੇ ਤੋਂ ਵੀ ਛੋਟੀ ਉਮਰ ਦੇ ਨੇ, ਅਤੇ ਐਡਾ ਵੱਡਾ ਫੈਸਲਾ ਲੈ ਕੇ ਉੱਥੇ ਪਹੁੰਚ ਗਏ ਨੇ, ਅਤੇ ਇਹ ਉਹਨਾਂ ਦਾ ਨਾਮ ਮੈਂ ਤਾਂ ਲੈ ਰਿਹਾ ਹਾਂ ਕਿ ਤੁਹਾਡੀ ਵੀ ਜਦੋਂ ਤੁਸੀਂ ਇਸ ਫੀਲਡ 'ਚ ਆਏ ਹਾਂ, ਤੁਸੀਂ ਸ਼ੁਰੂਆਤ ਐਜ ਏ ਪ੍ਰੋਫੈਸ਼ਨ ਜਿੱਥੇ ਕੀਤੀ ਉੱਥੇ ਉਹਨੂੰ ਆਪਣੀ ਇਸ ਜੋਬ ਨੂੰ, ਆਪਣੀ ਇਸ ਜੋ ਵੀ ਐਜੂਕੇਸ਼ਨ ਸੀ ਉਹਨੂੰ ਸੇਵਾ ਦੇ ਨਾਲ ਵੀ ਜੋੜਿਆ ਕਿ ਜੀ ਹਾਂ ਆਪਾਂ ਆਹ ਕਰਨਾ ਆ, ਜਿਸ ਤਰ੍ਹਾਂ ਤੁਸੀਂ HIV ਦੀ ਗੱਲ ਕੀਤੀ ਆ, ਹੋਰ ਵੀ ਜਿਹੜੀਆਂ ਗੱਲਾਂ ਕੀਤੀਆਂ ਉਸਦੇ ਨਾਲ ਜੁੜਦੀਆਂ ਬਹੁਤ ਸਾਰੀਆਂ ਗੱਲਾਂ ਡਾਕਟਰ ਸਾਹਿਬ ਕਰਨੀਆਂ ਅਜੇ ਬਾਕੀ ਨੇ, ਪਰ ਵੇਲਾ ਫੇਰ ਹੋ ਗਿਆ ਬ੍ਰੇਕ ਦਾ। ਦਰਸ਼ਕੋ ਜਾਇਓ ਕਿਤੇ ਨਾ, ਜੁੜੇ ਰਹੋ ਇਸੇ ਨਾਲ ਸਾਡੇ, ਇਸੇ ਤਰ੍ਹਾਂ ਸਾਡੇ ਨਾਲ, ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਸਤਿ ਸ਼੍ਰੀ ਅਕਾਲ ਦਰਸ਼ਕੋ, ਸਵਾਗਤ ਹੈ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ ਪ੍ਰੋਗਰਾਮ ਦਿਲ ਦੀਆਂ ਗੱਲਾਂ ਦੇ ਵਿੱਚ। ਫਿਲਾਡੈਲਫੀਆ ਪੈਨਸਲਵੇਨੀਆ ਦੇ ਸਟੂਡੀਓ ਤੋਂ ਅਸੀਂ ਜੁੜੇ ਹਾਂ ਤੁਹਾਡੇ ਨਾਲ, ਅਤੇ ਜੇ ਤੁਸੀਂ ਵੀ ਸਾਡੇ ਇਸ ਪ੍ਰੋਗਰਾਮ ਦਾ ਜਾਂ ਜਸ ਪਰਿਵਾਰ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ nick@justbroadcasting.com ਦੇ ਉੱਪਰ ਜਾਂ ਫਿਰ info@justbroadcasting.com ਦੇ ਉੱਪਰ। ਚੱਲ ਰਹੇ ਲਾਈਵ ਪ੍ਰੋਗਰਾਮ ਦੇ ਵਿੱਚ ਜੇ ਤੁਸੀਂ ਆਪਣੇ ਕੋਈ ਵਿਚਾਰ ਸਾਂਝੇ ਕਰਨੇ ਚਾਹੁੰਦੇ ਹੋ, ਤੁਹਾਡਾ ਕੋਈ ਵੀ ਕੁਐਸਚਨ ਹੈ, ਤੁਹਾਡੇ ਕੋਲ ਕੋਈ ਵੀ ਨੌਲੇਜ ਹੈ, ਤੁਹਾਡੇ ਕੋਲ ਕੋਈ ਵੀ ਕਿਸੇ ਵੀ ਤਰੀਕੇ ਦੀ ਕੋਈ ਗੱਲ ਹੈ ਸਾਡੇ ਨਾਲ ਚੱਲ ਰਹੇ ਲਾਈਵ ਪ੍ਰੋਗਰਾਮ ਦੇ ਥੱਲੇ ਲਿਖੇ ਨੰਬਰ ਦੇ ਉੱਪਰ ਜ਼ਰੂਰ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਅਤੇ ਅੱਜ ਸਾਡੇ ਨਾਲ ਜਿਹੜੇ ਸਾਡੇ ਮਹਿਮਾਨ ਨੇ ਜੁੜੇ ਨੇ, ਜਿੱਥੇ ਉਸਦੇ ਨਾਲ ਨਾਲ ਮੈਂ ਇੱਕ ਹੋਰ ਵੀ ਗੱਲ ਸਾਂਝੀ ਕਰਨਾ ਚਾਹੁੰਦਾ ਵਾਂ ਕਿ ਅੱਜ ਰਾਤ 9:30 ਸਾਡੇ ਨਿਊਯਾਰਕ ਦੇ ਟਾਈਮ ਦੇ ਹਿਸਾਬ ਨਾਲ ਜਿਹੜਾ ਕਿਸਾਨ ਰੈਲੀ, ਟਰੈਕਟਰ ਰੈਲੀ, ਬਹੁਤ ਵੱਡੀ ਵਿਸ਼ਾਲ ਰੈਲੀ ਜਿਹੜੀ ਆ ਦਿੱਲੀ ਦੇ ਵਿੱਚ ਵੱਖਰੇ ਵੱਖਰੇ ਬਾਰਡਰਾਂ ਤੋਂ ਚੱਲੇਗੀ, ਜਿਹਦੇ ਵਿੱਚ ਕਾਫੀ ਸਾਰੇ ਲੱਖਾਂ ਦੇ ਹਿਸਾਬ ਨਾਲ ਟਰੈਕਟਰ ਅਤੇ ਕਿਸਾਨ ਜੁੜਨਗੇ, ਉਸ ਦੇ ਵਿੱਚ ਸਾਡਾ ਜਸ ਪਰਿਵਾਰ ਵੀ ਜੁੜੇਗਾ। ਉਸਦਾ ਲਾਈਵ ਟੈਲੀਕਾਸਟ ਅਸੀਂ ਤੁਹਾਨੂੰ ਦਿਖਾਵਾਂਗੇ ਅੱਜ ਰਾਤੀ 9:30 ਤੋਂ ਆਨਵਰਡ। ਸੋ ਡਾਕਟਰ ਸਾਹਿਬ, ਸਵਾਗਤ ਹੈ ਤੁਹਾਡਾ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ। ਧੰਨਵਾਦ ਜੀ। ਸੋ ਡਾਕਟਰ ਸਾਹਿਬ, ਅੱਜ ਇੰਡੀਆ ਦੇ ਟਾਈਮ ਦੇ ਹਿਸਾਬ ਨਾਲ 26 ਜਨਵਰੀ ਹੈ, 26 ਜਨਵਰੀ ਰਿਪਬਲਿਕਨ ਡੇ ਵਜੋਂ ਇੰਡੀਆ 'ਚ ਮਨਾਇਆ ਜਾਂਦਾ ਆ। ਸੋ ਇੰਡੀਆ ਮੈਂ ਇਸ ਲਈ ਕਹਿੰਦਾ, ਹਿੰਦੁਸਤਾਨ ਵੀ ਵਰਡ ਯੂਜ਼ ਕਰਦੇ ਨੇ, ਭਾਰਤ ਵੀ, ਇੰਡੀਆ, ਜਦੋਂ ਆਪਾਂ ਇੰਟਰਨੈਸ਼ਨਲ ਲੈਵਲ 'ਤੇ ਸਾਡੀ ਕੋਈ ਵੀ ਟੀਮ ਜਾਂਦੀ ਹੈ ਉਸ ਸਾਡੇ ਦੇਸ਼ 'ਚੋਂ, ਤਾਂ ਉਹ ਟੀਮ ਇੰਡੀਆ ਦੇ ਨਾਂ ਨਾਲ ਹੀ ਜਾਣਿਆ ਜਾਂਦਾ ਆ। ਸੋ ਇਹ ਜਿਹੜਾ ਸਾਡਾ ਇੰਟਰਨੈਸ਼ਨਲ ਪਲੈਟਫਾਰਮ ਹੈਗਾ, ਜਿਹੜਾ ਸਾਡਾ ਆਹ ਚੈਨਲ ਹੈ, ਦੇਸ਼ ਵਿਦੇਸ਼ਾਂ ਦੇ ਵਿੱਚ ਜਦੋਂ ਸਾਰੇ ਦੇਖਦੇ ਨੇ, ਅਤੇ ਉਸ ਦੇ ਵਿੱਚ ਜਦੋਂ ਆਪਾਂ ਇੰਡੀਆ ਦਾ ਨਾਂ ਲੈਂਦੇ ਹਾਂ, ਅਤੇ ਅੱਜ ਮੈਂ ਇੰਡੀਆ ਦਾ ਝੰਡਾ ਵੀ ਲਾ ਕੇ ਬੈਠਾ ਹਾਂ, ਅਤੇ ਉਹ 26 ਜਨਵਰੀ ਦੇ ਵਿੱਚ ਆਪਾਂ ਮਨਾਉਂਦੇ ਤਾਂ ਹੈਗੇ ਹਾਂ, ਸਾਡਾ ਦੇਸ਼ ਮਨਾਉਂਦਾ ਆ, ਅਤੇ ਉਸ ਦੇ ਵਿੱਚ ਕੀ ਕਮੀਆਂ ਨੇ, ਲਾਈਕ ਰਿਪਬਲਿਕਨ ਡੇ ਅਤੇ ਜੋ ਅੱਜ ਕੱਲ੍ਹ ਚੱਲ ਰਿਹਾ ਵਾ ਉਸ ਦੇ ਨਾਲ ਕੀ ਉਹ ਕਰ ਸਕਦੇ ਹਾਂ ਆਪਾਂ ਕੰਪੈਰੀਜ਼ਨ? ਦੇਖੋ ਜੀ, 26 ਜਨਵਰੀ ਇੱਕ ਬੜਾ ਮਾਣ ਵਾਲਾ ਦਿਨ ਹੈ, ਜਦੋਂ ਕਿ ਸਾਡੇ ਮੁਲਕ ਦੀ ਆਜ਼ਾਦੀ ਤੋਂ ਬਾਅਦ ਜਦੋਂ ਪਹਿਲੀ ਵਾਰੀ ਫੈਡਰਲ ਰਿਪਬਲਿਕ ਡਿਕਲੇਅਰ ਹੋ ਕੇ
1950 पहला 26 जनवरी मनाई गई। हर साल 26 जनवरी नूं मनाया जांदा। सारे मुल्क दियां हर किस्म दियां चौकियां, प्रोग्रेस, सारा कुछ उत्थे डिस्प्ले हुंदा है। तो बड़ी एक मान शान वाली गल है। इस साल की 26 जनवरी दे विच क्योंकि ये जिहड़ी किसाना दा कानून बनाए गए सी बगैर किसी मतलब तो, यदि कोई कानूनों की ना जरूरत सी ते ना इन्हों का कोई मतलब बनता है, ये किसानों को कमजोर करने लिए, किसानों का नुकसान है ये ना, इस करके एजिटेशन शुरू हुई। तो एजिटेशन इन्नी वैल ऑर्गेनाइज इन्नी पीसफुल एजिटेशन है जिदा कि गवर्नमेंट कोई असर नहीं कर रही, कोई रिस्पोंस नहीं हो रहा। डेमोक्रेसी तो गवर्नमेंट होंगी है ऑफ द पीपल बाई द पीपल फॉर द पीपल। तो जे डेमोक्रेटिक इलेक्टेड गवर्नमेंट भी लोगों की डिमांड बारे ना ध्यान दे तो लोगों को एजिटेशन करनी पे। हूँ किन्नी ठंड तो किन्ना बारिशों के सारे बजुर्ग बच्चे लेडी सब उत्थे एजिटेशन शामिल ने। तो लखां की गिनती दे हर स्टेट चो भावें बेसिकली पंजाब वालों शुरू किया गया क्योंकि हमेशा पंजाबी हर चीज़ की अलख जगाते हैं। आज़ादी के पंजाबियों का सब तो पहला रोल रहा। ग्रीन रेवोल्यूशन भी पंजाबियों का जदों इंडिया के खाण नूं अन्न नहीं सी हुंदा ते कणक वगैरह राइस भी इंपोर्ट करते उदों ग्रीन रेवोल्यूशन दे विच पंजाब ने ही सारे मुल्क नूं रजाया ते पंजाब ने ही फूड सरप्लस किया। तो किसानां बारे गवर्नमेंट का एटीट्यूड दी कुछ समझ नहीं लग रही क्यों इस तरह हो रहा। किसानां नूं इनकरेज करना चाहिए, किसानां दी मदद करनी चाहिए, किसानां नूं हर मुल्क दे विच किसानियां नूं हर किस्म की सबसिडी हर किस्म की वो दिती जांदी है क्योंकि किसानी एक बड़ा औखा पेशा है, एक बड़ा चैलेंजिंग हुंदा है। दिन रात लोग काम करते हैं, खेतों के कोई सौखा नहीं है। बिजनेस वाले जड़े आ वो आराम ना एसियां च बह के ते दुनिया के पैसे लुटने ते सारी गल है। वो जो कारपोरेट सैक्टर है उन्होंने फायदा पहुँचाई जा रही है गवर्नमेंट ते किसानों इग्नोर कर रही है। किसानों का दुख दर्द नहीं समझती, किसानों के गलत कानून थोपे जा रहे हैं, क्यों ये वापस नहीं लै रही, ये सारा कुछ जड़ा है इस करके एजिटेशन है। तो एजिटेशन में भी देखो 2 महीने पंजाब च रही, फिर 2 महीने उत्थे दिल्ली के बॉर्डर ते ने हर स्टेट तो। बहुत वधिया गल है कि जो पीसफुल एजिटेशन है, देखो इन्ना वड्डी गिनती दे विच लोगों की शमूलियत एजिटेशन च है तो कोई वायलेंस नहीं, कोई किसी किस्म की गल नहीं। भावें कोई कूट प्रचार पहला करते रहे ने कि जी ये माओवादी ने खालिस्तानी ने, पर वो सारा कुछ झूठ सी, बिल्कुल बिल्कुल साफ सुथरी एजिटेशन ते। पर इहदा गवर्नमेंट वालों रिस्पोंस होना चाहिए, गवर्नमेंट नूं ये कंसिडर करना चाहिए ते जल्दी तो जल्दी इहदा मसले का हल होना चाहिए। जी डॉक्टर साहब, साढ़े नाल एक कॉलर जुड़े सीगे तां मैं माफ़ी मंगना चाहुंदा आ, डिसकनैक्ट हो गई है तुहाडी लाइन, मैं विच लैणा चाहुंदा सीगा ते तुसीं सानूं कॉल बैक कर सकदे हो ते साडे नाल गलबात कर सकदे हो, जो भी तुहाडे विचार ने ओह साडे नाल सांझे कर सकदे हो। सो डॉक्टर साहब, जिदा आप गल की है 26 जनवरी की या प्रोटेस्ट की, तो मैं अपने दर्शकों क्योंकि ये देश विदेश दे विच देखते हैं, क्योंकि आपां किसी भी मीडिया या किसी चीज़ नूं या किसी तरीके नूं या किसी इंसान दे नूं नहीं कहने, पर हाँ जरूर एक मेरा फर्ज इस टाइम बनता है कि जेडे कुछ एक सोशल मीडिया से भी इधर उधर भी सुनन नूं मिलिया कि ये तो अनपढ़ लोग ने जेडे बैठे ने जाके वेले लोग ने, तो मैं उन्होंने दस देना चाहवागा कि जेडे साडे अज दे मेहमान ने उन्हां दी पहुँच, उन्हां दी सेवा, उन्हां दा काम ते उन्हां दी सलाह, उन्हां दी राय ते उन्हां दी सोच ते उन्हां दा ख्याल इस संघर्ष बारे की है जरूर सुनियो ते देखियो भी। ते डॉक्टर साहब, आपां अपनी जिहड़ी नवीं जनरेशन है हुण जिहड़ी, जिस तरह मैं पहलां वी गल कीती सीगी कि आपां जे जिस तरह तुसीं कहा कि आपां आम तौर ते जिहड़ी मैडिकल फील्ड हैगी आ, जिहड़ी इहदी एजुकेशन आ, पढ़ाई आ, इह काफ़ी एक्सपेंसिव या एक तरीके दे नाल इन्हां मुल्कां दे विच जिथे असीं बैठे हाँ उत्थे किते ना किते कई फाइनैंशियल एड्स हैगियां ने या फिर फाइनैंस हो जांदे ने, क्रैडिट एजु हो जांदी आ, लोन मिल जांदे ने। तुसीं एडे वड्डे पद्धर ते पहुंचे हो, एडे वड्डे पद्धर ते हो,
ਉਹ ਸਾਡੇ ਦੇਸ਼ ਦੇ ਵਿੱਚ ਇੰਡੀਆ ਦੇ ਵਿੱਚ ਕੁਛ ਇੱਦਾਂ ਦੀਆਂ ਸਹੂਲਤਾਂ ਹੈਗੀਆਂ ਨੇ ਜਾਂ ਆਉਣ ਵਾਲੇ ਸਮੇਂ 'ਚ ਹੋਣੀਆਂ ਚਾਹੀਦੀਆਂ ਨੇ ਜਾਂ ਕਿਸ ਤਰ੍ਹਾਂ ਦੀ ਗਾਈਡਲਾਈਨ ਹੋਣੀ ਚਾਹੀਦੀ ਹੈ? ਦੇਖੋ ਜੀ, ਵੈਸੇ ਤਾਂ ਇੰਡੀਆ ਦੇ ਵਿੱਚ ਮੈਡੀਕਲ ਪ੍ਰੋਫੈਸ਼ਨ ਕਾਫੀ ਡਿਵੈਲਪ ਹੋਇਆ ਹੈ, ਬਹੁਤ ਅੱਛਾ। ਗਵਰਨਮੈਂਟ ਕਾਲਜ ਇੰਨੇ ਜ਼ਿਆਦਾ ਨਹੀਂ ਹੈ, ਪ੍ਰਾਈਵੇਟ ਕਾਲਜ ਜਿਹੜੇ ਅਸਟੈਬਲਿਸ਼ ਹੁੰਦੇ ਨੇ ਉਹ ਬਹੁਤ ਖਰਚਾ ਹੁੰਦਾ ਉਹਨਾਂ ਦਾ, 200-300 crore ਇਨਵੈਸਟਮੈਂਟ ਹੁੰਦੀ ਆ, ਫਿਰ ਉਹ ਫੀਸਾਂ ਜ਼ਿਆਦਾ ਲੈਂਦੇ ਨੇ। ਚਲੋ, ਜਿਹੜੇ ਬੱਚੇ ਮੈਰਿਟ ਵਾਲੇ ਨੇ ਉਹ ਗੌਰਮੈਂਟ ਮੈਡੀਕਲ ਕਾਲਜਾਂ ਤੋਂ ਬਹੁਤ ਘੱਟ ਫੀਸ ਦੇ ਵਿੱਚ, ਜਾਂ ਤਕਰੀਬਨ ਹੁਣ ਜਦੋਂ ਅਸੀਂ ਪੜ੍ਹੇ ਹਾਂ ਤਕਰੀਬਨ ਫ੍ਰੀ ਵਰਗਾ ਹੀ ਸੀ, 250 rupees ਸਾਰੇ ਸਾਲ ਦੀ ਫੀਸ, ਉਹ ਵੀ ਸਕਾਲਰਸ਼ਿਪ ਮਿਲਦਾ ਸੀ, ਉਹ ਸਗੋਂ ਸਕਾਲਰਸ਼ਿਪ ਦੇ ਪੈਸੇ ਵੀ ਸਭ ਕੋਲ ਵੱਧ ਜਾਂਦੇ ਸਨ। ਤੋ ਡਿਵੈਲਪ ਹੋ ਰਿਹਾ ਹੈ ਹਰ ਥਾਂ, ਨਵੇਂ ਮੈਡੀਕਲ ਕਾਲਜ ਅਸਟੈਬਲਿਸ਼ ਹੋ ਰਹੇ ਨੇ। ਹੁਣ ਪਿਛਲੇ ਸਾਲ ਮੈਂ ਉਦੈਪੁਰ ਇੱਕ ਮੈਡੀਕਲ ਕਾਲਜ ਹੈ ਉਹਦਾ ਨਾਂ ਏਮਸ ਰੱਖਿਆ, ਉਹ ਵੀ ਕੋਈ NRI ਨੇ, ਡਾਕਟਰ ਜੈਨ ਉਹਨਾਂ ਨੇ ਉਹਦਾ ਨਾਂ ਰੱਖਿਆ, ਅਮੈਰੀਕਨ ਇੰਟਰਨੈਸ਼ਨਲ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ। ਮੈਂ ਉੱਥੇ ਵੀ 3-4 months ਸੇਵਾ ਨਿਭਾ ਕੇ ਆਇਆ, ਮੈਂ ਪ੍ਰੋਫੈਸਰ ਐਂਡ ਹੈਡ ਆਫ ਆਰਥੋਪੀਡਿਕ ਸੀ। ਤੋ 6 ਮੈਡੀਕਲ ਕਾਲਜ ਉਦੈਪੁਰ 'ਚ ਨੇ, ਹਰ ਥਾਂ ਮੈਡੀਕਲ ਕਾਲਜ ਨਵੇਂ ਅਸਟੈਬਲਿਸ਼ ਹੋ ਰਹੇ ਨੇ। ਬੜੀ ਅੱਛੀ ਮੈਡੀਕਲ ਟੂਰਿਜ਼ਮ ਇੰਡੀਆ 'ਚ ਬਹੁਤ ਜ਼ਿਆਦਾ, ਬਾਹਰਲੇ ਮੁਲਕਾਂ ਤੋਂ ਲੋਕ ਆਣ ਕੇ ਇੱਥੇ ਇਲਾਜ ਕਰਾਉਣਾ ਪਸੰਦ ਕਰਦੇ ਨੇ, ਕਿਉਂਕਿ ਇੱਥੇ ਇਲਾਜ ਬਹੁਤ ਅਫੋਰਡੇਬਲ ਹੈ ਅਤੇ ਬੜਾ ਫਾਸਟ ਹੈ, ਬੜਾ ਪ੍ਰੋਮਪਟ ਹੈ। ਜਿਸ ਤਰ੍ਹਾਂ ਤੁਹਾਡੇ ਕੈਨੇਡਾ ਵੀ ਅਮੈਰੀਕਾ ਡੇਟ ਦੇ ਦਿੰਦੇ ਨੇ ਵੀ MRI 2 months ਨੂੰ ਆਓ ਜਾਂ 15 days ਨੂੰ ਆਓ, ਇਹ ਇੰਡੀਆ ਦੇ ਵਿੱਚ ਇਮੀਜੀਏਟ ਸਭ ਕੁਛ ਇਮੀਜੀਏਟ ਹੁੰਦਾ ਹੈ, ਕੋਈ ਡੇਟ ਸ਼ੇਟ ਦੇਣ ਦਾ ਨਹੀਂ ਰਿਵਾਜ। ਤੋ ਬੜਾ ਪ੍ਰੋਮਪਟ ਅਤੇ ਬੜਾ ਐਫੀਸ਼ੀਐਂਟ ਆ, ਸੋ ਮੈਡੀਕਲ ਟੂਰਿਜ਼ਮ ਬਹੁਤ ਡਿਵੈਲਪ ਹੋਇਆ ਹੈ, ਬੜੇ ਲੋਕ ਬਾਹਰੋਂ ਆਣ ਕੇ ਓਪਰੇਸ਼ਨ ਵੀ ਕਰਵਾਉਂਦੇ ਨੇ ਸਭ ਕੁਛ ਜੀ। ਇੱਥੇ ਵੀ ਜਦੋਂ ਅਸੀਂ ਡਾਕਟਰ ਸਾਹਿਬ ਜਾਂਦੇ ਹਾਂ ਕਦੀ ਹੋਸਪਿਟਲ ਜਾਂ ਉਸ ਦੇ ਵਿੱਚ, ਜਦੋਂ ਆਪਾਂ ਖਾਸ ਕਰਕੇ ਜਿਹੜੇ ਇਲਾਕੇ ਦੇ ਵਿੱਚ ਫਿਲਾਡੈਲਫੀਆ ਪੈਨਸਲਵੇਨੀਆ ਦੀ ਮੈਂ ਗੱਲ ਕਰ ਰਿਹਾ ਵਾਂ, ਫਿਲਾਡੈਲਫੀਆ ਦੇ ਵਿੱਚ ਕਾਫੀ ਮੈਡੀਕਲ ਕਾਲਜ ਨੇ, ਯੂਨੀਵਰਸਿਟੀ ਆਫ ਪੈਨਸਲਵੇਨੀਆ, ਜੈਫਰਸਨ ਹੋਸਪਿਟਲ, ਜਿਹੜੇ ਕਿ ਖਾਸ ਜਿਸ ਦੇ ਵਿੱਚ ਜਦੋਂ ਆਪਾਂ ਦੇਖਦੇ ਹਾਂ ਸਾਡੇ ਦੇਸ਼ ਤੋਂ ਆ ਕੇ ਬੱਚੇ ਜਿਹੜੇ ਪੜ੍ਹਦੇ ਨੇ ਆਪਣੇ ਆਪ ਨੂੰ ਡਿਵੈਲਪ ਕਰਦੇ ਨੇ, ਤਾਂ ਉਸ ਦੇ ਨਾਲ ਨਾਲ ਆਪਣੇ ਦੇਸ਼ ਦਾ ਜਿੱਥੇ ਨਾਂ ਕਰਦੇ ਨੇ ਉੱਚਾ, ਉਸ ਦੇ ਨਾਲ ਨਾਲ ਇੱਕ ਸਾਨੂੰ ਇੱਕ ਸਾਡੀ ਗਿਣਤੀ ਜਿਹੜੀ ਆ, ਜਿਹੜੀ ਆਮ ਜਿੱਥੇ ਵਿਦੇਸ਼ਾਂ ਦੇ ਵਿੱਚ ਸਾਡੀ ਸਮਾਜ ਦੀ ਜਿਹੜੀ ਗਿਣਤੀ ਆ ਹਰ ਇੱਕ ਵਰਗ ਦੇ ਵਿੱਚ ਆ, ਜਿਸਦਾ ਕਿ ਪਿੱਛੇ ਥੋੜ੍ਹਾ ਚਲੇ ਜਾਈਏ ਤਾਂ ਕਹਿੰਦੇ ਸੀਗੇ ਆਪਾਂ ਜਿੱਦਾਂ ਸਾਡੇ ਪੰਜਾਬ ਤੋਂ ਡਰਾਈਵਿੰਗ ਫੀਲਡ ਦੇ ਵਿੱਚ ਬਹੁਤ ਸਾਰੇ ਹੁਣ ਵੀ ਹੈਗੇ ਆ, ਪਰ ਉਹਨਾਂ ਦੇ ਜਿਹੜੇ ਅੱਗੇ ਬੱਚੇ ਆ ਉਹ ਕਾਫੀ ਅਸੀਂ ਦੇਖਿਆ ਜਿਹੜੇ ਕਿ ਇਹਦੇ ਵਿੱਚ IT ਫੀਲਡ ਆ, ਮੈਡੀਕਲ ਫੀਲਡ ਆ, ਹੋਰ ਬਹੁਤ ਸਾਰੀਆਂ ਫੀਲਡਸ ਦੇ ਵਿੱਚ ਜਾ ਰਹੇ ਨੇ, ਅਤੇ ਉਸ ਦੇ ਨਾਲ ਸਾਡੀ ਜਿੱਥੇ ਅਸੀਂ ਜਦੋਂ ਆ ਕੇ ਇੱਥੇ ਆਪਣੇ ਪੈਰ ਜਮਾਏ ਨੇ ਤਾਂ ਉਸ ਤੋਂ ਅੱਗੇ ਜਦੋਂ ਈਵਨ ਮੈਂ ਦੱਸਣਾ ਚਾਹਾਂਗੇ ਮੇਰੀ ਡੋਟਰ ਹਾਲੇ ਉਹਦਾ ਲਾਈਕ ਇੱਥੋਂ ਦੀ ਸਟੱਡੀ 10th grade ਉਹਨੇ ਵੀ ਬਾਇਓਲੋਜੀ ਲਈ ਹੈ ਦਿਸ ਈਅਰ, ਅਤੇ ਪਹਿਲਾਂ ਇੰਟਰਸਟ ਨਹੀਂ ਸੀਗਾ ਉਹਦਾ ਵੀ ਬਣਨ ਲੱਗ ਪਿਆ, ਇਸ ਲਈ ਮੈਂ ਜ਼ਰੂਰ ਦੱਸਾਂਗਾ ਕਿ ਕੋਰਸ ਜ਼ਰੂਰ ਤੁਸੀਂ ਇਹ ਦੱਸੋ ਕਿ ਆਪਣੇ ਆਪਣੀ ਕਮਿਊਨਿਟੀ ਦੇ ਵਿੱਚ ਖਾਸ ਕਰਕੇ ਫੋਰਸ ਕੀਤਾ ਜਾਂਦਾ ਆ ਕਿ ਤੂੰ ਡਾਕਟਰ ਬਣਨਾ ਆ ਜਾਂ ਕੁਛ, ਤਾਂ ਉਸਦਾ ਬੱਚੇ ਦੇ ਮਾਇੰਡ 'ਤੇ ਸਾਈਕੋਲੋਜੀਕਲੀ ਜਾਂ ਕੁਛ ਉਸ ਤਰੀਕੇ ਦੇ ਵੀ ਇਫੈਕਟ ਹੁੰਦੇ ਨੇ ਕਿ ਫੋਰਸਿੰਗ ਨਹੀਂ ਕਰਨੀ ਚਾਹੀਦੀ? ਦੇਖੋ ਜੀ, ਪੇਰੈਂਟਸ ਦੀ ਇਹ ਜ਼ਰੂਰ ਫਿਕਰ ਹੁੰਦਾ ਕਿ ਸਾਡਾ ਬੱਚਾ ਕੁਛ ਨਾ ਕੁਛ ਬਣੇ, ਅਤੇ ਪੇਰੈਂਟਸ ਜ਼ਰੂਰ ਕਰਦੇ ਨੇ, ਥੋੜ੍ਹਾ ਬਹੁਤਾ ਮੋਟੀਵੇਟ ਵੀ ਕਰਦੇ ਨੇ, ਇੰਸਪਾਇਰ ਵੀ ਕਰਦੇ ਨੇ, ਕਈ ਪੇਰੈਂਟਸ ਫੋਰਸ ਕਰਦੇ ਨੇ। ਵੈਸੇ ਫੋਰਸ ਤਾਂ ਨਹੀਂ ਕਰਨਾ ਚਾਹੀਦਾ, ਬੱਚੇ ਦੀ ਚੋਇਸ, ਬੱਚੇ ਦਾ ਪਸੰਦ, ਬੱਚਾ ਕਿਹੜੇ ਬੰਨੇ ਅੱਛਾ ਡਿਵੈਲਪ ਹੁੰਦਾ ਹੈ ਉਹ ਜ਼ਰੂਰ ਦੇਖਣਾ ਚਾਹੀਦਾ। ਪਰ ਵੈਸੇ ਬੱਚਿਆਂ ਨੂੰ ਇਹ ਆ ਵੀ ਕੈਰੀਅਰ ਦੇ ਵਿੱਚ ਸਕਸੈਸਫੁਲ ਹੋਣ ਵਾਸਤੇ ਪੇਰੈਂਟਸ ਕਾਫੀ ਲੋਕ ਉਹਦੀ ਕੋਸ਼ਿਸ਼ ਕਰਦੇ ਨੇ, ਮਿਹਨਤ ਕਰਦੇ ਨੇ, ਮੋਟੀਵੇਸ਼ਨ ਕਰਦੇ ਨੇ, ਸਭ ਕੁਛ ਹੁੰਦਾ ਹੈ ਜੀ। ਸਰ ਸ਼ੁਕਰੀਆ ਬਹੁਤ ਬਹੁਤ, ਹੋਰ ਵੀ ਜਾਣਕਾਰੀ ਦੇਵਾਂਗੇ ਅਸੀਂ ਤੁਹਾਨੂੰ ਦਰਸ਼ਕੋ, ਕਿਉਂਕਿ ਸਾਡੇ ਨਾਲ ਡਾਕਟਰ ਸਾਹਿਬ ਅੱਜ ਜੁੜੇ ਨੇ, ਜਿੰਨੀਆਂ ਵੀ ਵੱਧ ਤੋਂ ਵੱਧ ਇਨਫੋਰਮੇਸ਼ਨ ਤੁਹਾਨੂੰ ਦੇ ਸਕੀਏ ਜਿਹੜੀ ਫੀਲਡ ਦੇ ਨਾਲ ਇਹ ਜੁੜੇ ਨੇ, ਜਿਹੜੀ ਸੇਵਾ ਦੇ ਨਾਲ ਜੁੜੇ ਨੇ, ਤੁਹਾਨੂੰ ਜ਼ਰੂਰ ਦੇਵਾਂਗੇ। ਅਗਲੇ ਸੈਗਮੈਂਟ ਵਿੱਚ ਹੋਰ ਵੀ ਗੱਲਬਾਤ ਕਰਾਂਗੇ, ਜਿਸ ਤਰ੍ਹਾਂ ਆਪਣੇ ਪ੍ਰੋਗਰਾਮ ਦੀ ਇੱਕ ਰੀਤ ਹੁੰਦੀ ਹੈ, ਇੱਕ ਬ੍ਰੇਕ ਸਾਨੂੰ ਲੈਣੀ ਪੈਂਦੀ ਹੈ ਥੋੜ੍ਹੀ ਦੇਰ ਬਾਅਦ, ਤਾਂ ਦਰਸ਼ਕੋ ਤੁਸੀਂ ਵੀ ਕਿਤੇ ਨਾ ਜਾਇਓ ਅਤੇ ਡਾਕਟਰ ਸਾਹਿਬ ਵੀ ਸਾਡੇ ਨਾਲ ਜੁੜੇ ਨੇ, ਤਾਂ ਵੇਲਾ ਉਹ ਚੱਲਿਆ ਇੱਕ ਛੋਟੀ ਦੀ ਬ੍ਰੇਕ ਦਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਦਰਸ਼ਕੋ ਸਵਾਗਤ ਹੈ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ ਪ੍ਰੋਗਰਾਮ ਦਿਲ ਦੀਆਂ ਗੱਲਾਂ ਦੇ ਵਿੱਚ।
ਫਿਲਾਡੈਲਫੀਆ ਪੈਨਸਲਵੇਨੀਆ ਦੇ ਸਟੂਡੀਓ ਤੋਂ ਅਸੀਂ ਤੁਹਾਡੇ ਨਾਲ ਜੁੜੇ ਹਾਂ ਜਸ ਪੰਜਾਬੀ ਦੇ ਮਾਧਿਅਮ ਰਾਹੀਂ। ਜੇ ਤੁਸੀਂ ਵੀ ਸਾਡੇ ਨਾਲ ਜੁੜਨਾ ਚਾਹੁੰਦੇ ਹੋ, ਸਾਡੇ ਪਰਿਵਾਰ ਦਾ ਹਿੱਸਾ ਬਣਨਾ ਚਾਹੁੰਦੇ ਹੋ, ਜਾਂ ਸਾਡੇ ਕਿਸੇ ਵੀ ਪ੍ਰੋਗਰਾਮ ਦੇ ਵਿੱਚ ਆਉਣਾ ਚਾਹੁੰਦੇ ਹੋ, ਜਾਂ ਕਿਸੇ ਵੀ ਤਰੀਕੇ ਦੀ ਤੁਹਾਡਾ ਕੋਈ ਵੀ ਬਿਜ਼ਨਸ ਹੈ, ਕੋਈ ਵੀ ਈਵੈਂਟ ਹੈ, ਕੁਛ ਵੀ ਹੈ, ਤੁਹਾਡੀ ਜਾਣਕਾਰੀ ਹੈ, ਤੁਹਾਡਾ ਟੈਲੈਂਟ ਹੈ, ਕੁਛ ਵੀ ਹੈ, ਤੁਸੀਂ ਸਾਡੇ ਨਾਲ ਜੁੜ ਸਕਦੇ ਹੋ। ਸਾਡੇ ਨਾਲ ਸੰਪਰਕ ਕਰਕੇ nick@justbroadcasting.com ਦੇ ਉੱਪਰ, ਜਾਂ ਫਿਰ info@justbroadcasting.com ਦੇ ਉੱਪਰ। ਤੇ ਚੱਲ ਰਹੇ ਲਾਈਵ ਪ੍ਰੋਗਰਾਮ ਦੇ ਵਿੱਚ ਜੇ ਤੁਸੀਂ ਸਾਡੇ ਨਾਲ ਗੱਲ ਕਰਨਾ ਚਾਹੁੰਦੇ ਹੋ, ਤਾਂ ਥੱਲੇ ਲਿਖੇ ਨੰਬਰ ਦੇ ਉੱਪਰ ਡਾਇਲ ਕਰਕੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ, ਆਪਣੇ ਵਿਚਾਰ ਪੇਸ਼ ਕਰ ਸਕਦੇ ਹੋ। ਸਾਡੇ ਨਾਲ ਜਿਹੜੇ ਅੱਜ ਮਹਿਮਾਨ ਜੁੜੇ ਨੇ, ਡਾਕਟਰ ਆਰਪੀ ਸਿੰਘ ਬੋਪਾ ਰਾਏ, ਜਿਨ੍ਹਾਂ ਦੇ ਨਾਲ ਆਪਾਂ ਗੱਲਬਾਤ ਕਰ ਰਹੇ ਹਾਂ। ਸੋ ਡਾਕਟਰ ਸਾਹਿਬ, ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ। ਧੰਨਵਾਦ ਜੀ। ਸੋ ਜਿੱਥੇ ਆਪਾਂ ਬ੍ਰੇਕ ਤੋਂ ਬਾਅਦ ਆਏ ਹਾਂ, ਮੈਂ ਇੱਕ ਵਾਰ ਫਿਰ ਆਪਣੇ ਦਰਸ਼ਕਾਂ ਨੂੰ ਯਾਦ ਕਰਾਉਣਾ ਚਾਹਾਂਗਾ ਕਿ ਅੱਜ ਰਾਤ 9:30 ਨਿਊਯਾਰਕ ਦੇ ਟਾਈਮ ਦੇ ਹਿਸਾਬ ਨਾਲ, ਇੰਡੀਆ ਦੇ ਟਾਈਮ ਦੇ ਹਿਸਾਬ ਨਾਲ ਸਵੇਰ ਦੇ 8 ਹੋਣਗੇ, ਤੇ ਜਿਹੜੀ ਵਿਸ਼ਾਲ ਕਿਸਾਨ ਰੈਲੀ, ਜਿਹੜੀ ਟਰੈਕਟਰ ਰੈਲੀ ਜਿਹੜੀ ਹੈ ਕੱਢੀ ਜਾ ਰਹੀ ਹੈ ਨਵੀਂ ਦਿੱਲੀ ਦੇ ਵਿੱਚ, ਵੱਖਰੇ ਵੱਖਰੇ ਬਾਰਡਰਾਂ ਦੇ ਉੱਪਰੋਂ ਜਿਹੜੀਆਂ ਰੈਲੀਆਂ ਚੱਲਣਗੀਆਂ, ਵੱਖਰੇ ਵੱਖਰੇ ਰਸਤਿਆਂ ਤੋਂ ਹੋ ਕੇ ਜਿਹੜੀਆਂ ਗੁਜਰਨਗੇ, ਉਸ ਦੇ ਵਿੱਚ ਜਸ ਪਰਿਵਾਰ ਦੀ ਟੀਮ, ਜਸ ਟੀਮ ਉਸ ਜਗ੍ਹਾ 'ਤੇ ਪਹੁੰਚ ਕੇ ਉਸਦਾ ਲਾਈਵ ਤੁਹਾਨੂੰ ਟੈਲੀਕਾਸਟ ਕਰਾਉਣਗੇ ਔਨਵਰਡ। ਸੋ ਪਲੀਜ਼ ਜ਼ਰੂਰ ਟਿਊਨ ਇਨ ਕਰਿਓ। ਸੋ ਡਾਕਟਰ ਸਾਹਿਬ, ਸਵਾਗਤ ਹੈ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ। ਅਤੇ ਗੱਲਬਾਤ ਆਪਾਂ ਕਾਫੀ ਕੀਤੀਆਂ ਵੱਖਰੇ ਵੱਖਰੇ, ਜਿਹੜੇ ਜਿੰਨੀਆਂ ਵੀ ਵੱਧ ਤੋਂ ਵੱਧ ਆਪਾਂ ਦਰਸ਼ਕਾਂ ਨੂੰ ਇਨਫੋਰਮੇਸ਼ਨ ਦੇ ਸਕਦੇ ਸੀਗੇ, ਅਤੇ ਜਿੱਥੇ ਹੁਣ ਅੱਜ ਕੱਲ੍ਹ ਜਿਹੜਾ ਕੋਵਿਡ ਦਾ ਦੌਰ ਹੈਗਾ, ਪੈਂਡੈਮਿਕ ਦਾ ਦੌਰ ਹੈਗਾ ਆ, ਉਸ ਦੇ ਵਿੱਚ ਮੈਨੂੰ ਹਰ ਜਗ੍ਹਾ ਦਾ ਤਾਂ ਪਤਾ ਨਹੀਂ ਆ, ਪਰ ਜਿੱਥੇ ਆਪਾਂ ਰਹਿੰਦੇ ਹਾਂ, ਜਿਹੜੀ ਨੇਬਰਹੁੱਡ 'ਚ ਰਹਿੰਦੇ ਹਾਂ, ਜਾਂ ਜਿਹੜੇ ਸ਼ਹਿਰ 'ਚ ਰਹਿੰਦੇ ਹਾਂ, ਜਾਂ ਜਿਹੜੀ ਸਟੇਟ 'ਚ ਰਹਿੰਦੇ ਹਾਂ, ਜਦੋਂ ਆਪਾਂ ਉੱਥੇ ਦੇਖਦੇ ਹਾਂ ਕਿ ਐਟ ਵਨ ਪੁਆਇੰਟ ਪਿਛਲੇ ਦੌਰਾਨ ਜਦੋਂ ਪੂਰਾ ਪੀਕ 'ਤੇ ਸੀਗਾ, ਉਸ ਤੋਂ ਇੰਨੀਆਂ ਜ਼ਿਆਦੀਆਂ ਸਾਨੂੰ ਨਹੀਂ ਸੀ ਦੇਖਣ ਨੂੰ ਮਿਲੇ ਕੇਸਿਸ, ਜਿੰਨੇ ਹੁਣ ਦੇਖਣ ਨੂੰ ਮਿਲ ਰਹੇ ਨੇ ਸਾਨੂੰ, ਤਾਂ ਉਸ ਦੇ ਵਿੱਚ ਕੀ ਜਾਗਰੂਕਤਾ ਚਾਹੀਦੀ ਹੈ, ਤਾਂ ਕਿਹੜੀ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਵਾ ਆਮ ਜਨਤਾ ਨੂੰ? ਅਸਲ ਇਸ ਤਰ੍ਹਾਂ ਹੈ ਜੀ ਕਿ ਸ਼ੁਰੂ ਵਿੱਚ ਲੋਕਾਂ ਨੂੰ ਖੌਫ ਸੀ, ਅਤੇ ਲੋਕ ਇਸ ਤੋਂ ਡਰਦੇ ਸੀ, ਅਤੇ ਲੋਕਾਂ ਨੇ ਬੜਾ ਆਪਣੇ ਆਪ ਨੂੰ ਬਚਾਇਆ, ਮਾਸਕ ਯੂਜ਼ ਕੀਤੇ, ਸੋਸ਼ਲ ਡਿਸਟੈਂਸਿੰਗ ਰੱਖੀ, ਘਰਾਂ 'ਚ ਹੀ ਰਹੇ, ਲੋਕਡਾਊਨ ਵੀ ਰਹੇ, ਉਦੋਂ ਬਚਾ ਰਿਹਾ। ਹੁਣ ਬਿਲਕੁਲ ਲੋਕ ਮਿਕਸਅਪ ਹੋ ਗਏ ਨੇ, ਪਰਵਾਹ ਨਹੀਂ ਕਰਦੇ, ਥੋੜ੍ਹੇ ਕੈਜੂਅਲ ਐਟੀਚਿਊਡ ਹੋ ਗਿਆ। ਇੰਡੀਆ 'ਚ ਵੀ ਇਸ ਤਰ੍ਹਾਂ ਹੀ ਹੈ। ਅਜੇ ਜਿੰਨਾ ਚਿਰ ਇਹ ਪੂਰੀ ਮਹਾਂਮਾਰੀ ਖਤਮ ਨਹੀਂ ਹੁੰਦੀ, ਜਾਂ ਹੁਣ ਜਿਸ ਤਰ੍ਹਾਂ ਵੈਕਸੀਨ ਚਲੋ ਚੱਲ ਪਈ ਆ, ਵੈਕਸੀਨ ਲੋਕ ਲਗਵਾ ਰਹੇ ਨੇ, ਇੰਡੀਆ 'ਚ ਵੀ ਲੱਗ ਰਹੀ ਹੈ, ਤੁਹਾਡੇ ਵੀ ਲਵਾ ਰਹੇ ਨੇ, ਸੋ ਹੌਲੀ ਹੌਲੀ ਠੀਕ ਹੋ ਜਾਏਗੀ। ਹੋਰ 2-4 ਮਹੀਨੇ ਪਰਹੇਜ਼ ਕਰਨ ਦੀ ਲੋੜ ਹੈ, ਧਿਆਨ ਰੱਖਣ ਦੀ ਲੋੜ ਹੈ, ਅਤੇ ਲੋਕਾਂ ਨੂੰ ਵੀ ਜਿਹੜਾ ਜਿਸ ਤਰ੍ਹਾਂ ਹੁਣ ਕਈ ਲੋਕ ਖਾਂਸੀ ਕਰੇ, ਕੋਈ ਨਿੱਛ ਆਵੇ, ਅਤੇ ਲੋਕ ਨਹੀਂ ਸੀ ਧਿਆਨ ਦਿੰਦੇ, ਹੁਣ ਲੋਕ ਸਿੱਖ ਗਏ ਨੇ ਕਿ ਰੁਮਾਲ ਰੱਖੋ, ਮਾਸਕ ਲਾਓ, ਡਿਸਟੈਂਸ ਰੱਖੋ, ਸੋਸ਼ਲ ਡਿਸਟੈਂਸ, ਅਤੇ ਹੈਂਡ ਵਾਸ਼ਿੰਗ ਵੀ ਜ਼ਰੂਰੀ ਆ, ਬਾਕੀ ਸੈਨੇਟਾਈਜ਼ਰ ਦੀ ਲੋੜ ਹੈ, ਸੋ ਸਿਹਤ ਆਪਣੀ ਠੀਕ ਰੱਖੋ, ਤੁਹਾਡੀ ਇਮਿਊਨਿਟੀ ਅੱਛੀ ਹੋਣੀ ਚਾਹੀਦੀ ਹੈ, ਤੁਹਾਡੀ ਡਾਇਟ ਅੱਛੀ ਹੋਣੀ ਚਾਹੀਦੀ ਆ, ਦੂਸਰੇ ਨਸ਼ੇ ਨੁਸ਼ੇ, ਅਲਕੋਹਲ, ਸ਼ਰਾਬ ਤੋਂ ਪਰਹੇਜ਼ ਰੱਖੋ, ਕਿਉਂਕਿ ਤੁਹਾਡੀ ਇਮਿਊਨਿਟੀ ਘਟਾਉਂਦੇ ਨੇ, ਫਿਰ ਤੁਹਾਡੀ ਇਸ ਇਨਫੈਕਸ਼ਨ ਦਾ ਰਿਸਕ ਜ਼ਿਆਦਾ ਹੁੰਦਾ ਹੈ। ਸੋ ਜਿੰਨੇ ਫਿੱਟ ਹੋ ਉਨਾ ਰਿਸਕ ਘੱਟ ਹੈ, ਅਤੇ ਜਿੰਨਾ ਧਿਆਨ ਰੱਖੋਗੇ, ਜਿੰਨਾ ਬਚ ਕੇ ਰਹੋਗੇ, ਚੰਗੇ ਰਹੋਗੇ, ਬਾਕੀ ਵੈਕਸੀਨ ਲਵਾਓ, ਉਹਦਾ ਫਾਇਦਾ ਉਠਾਓ, ਅਤੇ ਹੌਲੀ ਹੌਲੀ ਇਹ ਖਤਮ ਹੋ ਜਾਏਗੀ। 2-4 ਮਹੀਨੇ 'ਚ ਫਿਰ ਸਾਰੀ ਦੁਨੀਆ ਕੋਵਿਡ ਮੁਕਤ ਹੋ ਜਾਏਗੀ, ਅਤੇ ਫਿਰ ਜੋ ਮਰਜ਼ੀ ਨੋਰਮਲ ਲਾਈਫ ਹੋ ਜਾਏਗੀ ਜੀ। ਅਤੇ ਡਾਕਟਰ ਸਾਹਿਬ, ਜਿੱਥੇ ਤੱਕ ਗੱਲ ਵੈਕਸੀਨ ਦੀ ਹੈ, ਪਿੱਛੇ ਜੇ ਅਸੀਂ ਸੁਣਨ 'ਚ ਵੀ ਆਇਆ ਸੀਗਾ ਕਿ ਕੋਈ ਕੁਛ ਕੁ ਲੋਟ ਜਿਹੜੇ ਸੀਗੇ ਉਹ ਉਹਨਾਂ ਨੂੰ ਡਿਸਟਰੋਏ ਵੀ ਕਰਨੇ ਪਏ ਆ, ਤਾਂ ਉਹ ਵੈਕਸੀਨ ਕਿੰਨੀ ਕੁ ਇਫੈਕਟਿਵ ਆ? ਦਰਸ਼ਕਾਂ ਨੂੰ ਇਹ ਜ਼ਰੂਰ ਦੱਸਣਾ ਚਾਹਾਂਗੇ ਕਿ ਦੱਸੋ ਕਿ ਜਿਹੜੀ ਵੈਕਸੀਨ ਆ, ਉਹ ਕਿਉਂਕਿ ਬੜੇ ਲਿਮਿਟਡ ਉਹਦੇ ਵਿੱਚ ਅਜੇ ਉਹ ਜਿੱਦਾਂ ਕਿ ਫਰੰਟ ਲਾਈਨ ਨੂੰ ਦਿੱਤੀ ਜਾ ਰਹੀ ਹੈ, ਜਿਹੜੇ ਕਿ ਮੈਡੀਕਲ ਫੀਲਡ ਨਾਲ ਨੇ, ਜਾਂ ਐਮਰਜੈਂਸੀ ਸਰਵਿਸਿਸ ਦੇ ਨਾਲ ਨੇ, ਜਾਂ ਫਿਰ ਹੋਰ ਵੀ, ਜਾਂ ਜਿਹੜੇ ਲਾਈਕ 60 ਤੋਂ ਉੱਪਰ ਦੀ ਉਮਰ ਨੇ, ਉਹਨਾਂ ਨੂੰ ਦਿੱਤੀ ਜਾ ਰਹੀ ਆ, ਤਾਂ ਉਹ ਇਫੈਕਟਿਵ ਆ, ਕਿੰਨੀ ਇਫੈਕਟਿਵ ਹੈ? ਕਈਆਂ ਦੀ ਸੋਚ ਵੀ ਇਹ ਬਣ ਗਈ ਹੈ ਕਿ ਵੈਕਸੀਨ ਆ ਗਈ ਹੈ, ਜੇ ਸਾਨੂੰ ਕੋਈ ਪ੍ਰੋਬਲਮ ਹੁੰਦੀ ਹੈ ਅਸੀਂ ਜਾਵਾਂਗੇ ਤਾਂ ਸਾਨੂੰ ਵੈਕਸੀਨ ਮਿਲ ਜਾਏਗੀ, ਅਤੇ ਅਸੀਂ ਉਹ ਫਿਰ, ਅਤੇ ਉਹ ਜ਼ਰੂਰ ਦਰਸ਼ਕਾਂ ਨੂੰ ਦੱਸਾਂਗੇ ਕਿ ਉਹ ਪ੍ਰੀਵੈਂਟ ਕਰਨ ਵਾਸਤੇ ਆ, ਨਾ ਕਿ ਉਹ ਟ੍ਰੀਟ ਕਰਨ ਵਾਸਤੇ ਆ, ਜੇ ਮੈਂ ਸਹੀ ਹਾਂ ਤਾਂ। ਬਿਲਕੁਲ ਜੀ, ਬਿਲਕੁਲ ਠੀਕ ਹੈ।
ਕਿਉਂਕਿ ਵੈਕਸੀਨ ਤੇ ਆ ਕਿ ਫਰਦਰ ਇਨਫੈਕਸ਼ਨ ਜਾਂ ਫਰਦਰ ਐਫਲਿਕਸ਼ਨ ਨਾ ਹੋਵੇ। ਸੋ ਵੈਕਸੀਨ ਜਿਹੜੀ ਆ ਇਹ ਬੜੀ ਟ੍ਰਾਇਲਸੋਂ ਬਾਅਦ ਆਉਂਦੀ ਆ, ਇਹ ਕੋਈ ਓਵਰਨਾਈਟ ਨਹੀਂ ਬਣਦੀ। ਵੈਕਸੀਨ ਨੂੰ ਬਣਾਉਂਦਿਆਂ ਨੂੰ ਵੀ ਸਾਲ ਤੋਂ ਉੱਪਰ ਹੋ ਗਿਆ ਹੈ। ਸੋ ਵੈਕਸੀਨ ਡੈਫੀਨੇਟਲੀ ਇਫੈਕਟਿਵ ਹੈ। ਕਿਸੇ ਕਿਸੇ ਨੂੰ ਥੋੜ੍ਹਾ ਬਹੁਤਾ ਸਾਈਡ ਇਫੈਕਟ ਹੁੰਦਾ, ਉਹ ਤਾਂ ਕੋਈ ਵੀ ਫਲੂ ਦਾ ਵੀ ਟੀਕਾ ਲਵਾਓ ਅਤੇ ਕਿਸੇ ਵੇਲੇ ਕਿਸੇ ਨੂੰ ਕੋਈ ਬਾਡੀ ਏਕਸ ਹੈ ਜਾਂ ਫੀਵਰ ਹੈ ਥੋੜ੍ਹਾ, ਉਹਦੀ ਕੋਈ ਰਿਸਕ ਵਾਲੀ ਗੱਲ ਨਹੀਂ। ਵੈਕਸੀਨ ਲਵਾ ਲੈਣੀ ਚਾਹੀਦੀ ਹੈ, ਉਹਦੇ 'ਚ ਬਚਾਅ ਹੈ ਜੀ। ਸੋ ਡਾਕਟਰ ਸਾਹਿਬ, ਅੱਜ ਇੰਨਾ ਲੰਬਾ ਤੁਹਾਡਾ ਜਿਹੜਾ ਜ਼ਿੰਦਗੀ ਦਾ ਸਫ਼ਰ ਆ, ਜਿਸ ਦੇ ਵਿੱਚ ਤੁਸੀਂ ਬਹੁਤ ਕੁਛ ਕੀਤਾ ਆਪਣੀ ਕੌਮ ਵਾਸਤੇ, ਆਪਣੇ ਦੇਸ਼ ਵਾਸਤੇ, ਅਤੇ ਆਪਣੇ ਜਿਹੜਾ ਤੁਹਾਡਾ ਕੈਰੀਅਰ ਸੀਗਾ ਮੈਡੀਕਲ ਫੀਲਡ ਵਾਸਤੇ, ਤਾਂ ਉਹਦਾ ਸਾਰਾ ਜਿਹੜਾ ਇੱਕ ਨਿਚੋੜ ਹੈ ਉਹਦੇ ਵਿੱਚੋਂ ਜਿਹੜਾ ਮੈਸੇਜ ਨਿਕਲਦਾ ਵਾ ਉਹ ਦਰਸ਼ਕਾਂ ਨੂੰ ਇੱਕ ਜ਼ਰੂਰ ਦਿਓ। ਦੇਖੋ ਜੀ, ਮੈਸੇਜ ਇਹੀ ਆ ਕਿ ਕੋਈ ਵੀ ਕੰਮ ਕਰੇ, ਕੋਈ ਚਾਹੇ ਡਾਕਟਰੀ ਦਾ ਕਰੇ, ਚਾਹੇ ਇੰਜੀਨੀਅਰ ਦਾ ਕਰੇ, ਚਾਹੇ ਕੋਈ ਟੀਚਰ ਹੋਵੇ, ਚਾਹੇ ਕੋਈ ਸੋਸ਼ਲ ਵਰਕਰ, ਚਾਹੇ ਕੋਈ ਬਿਜ਼ਨਸ ਹੈ, ਉਹ ਆਪਣੇ ਕੰਮ ਨੂੰ ਜਿੰਨਾ ਚਿਰ ਤੁਸੀਂ ਦਿਲੋਂ ਨਹੀਂ ਕਰਦੇ, ਇੰਜੋਏ ਨਹੀਂ ਕਰਦੇ ਕੰਮ ਆਪਣਾ, ਸ਼ੌਕ ਨਾਲ ਨਹੀਂ ਕਰਦੇ, ਉਹਨਾਂ ਚਿਰ ਉਹ ਨਹੀਂ ਗੱਲ ਬਣਦੀ। ਹੁਣ ਮੈਡੀਕਲ ਫੀਲਡ ਹੈ, ਬਿਲਕੁਲ ਇਹ 'ਚ ਬੇਰਾਮੀ ਵੀ ਹੁੰਦੀ ਆ, ਵੇਲੇ ਵੇਲੇ ਉੱਠਣਾ ਵੀ ਪੈਂਦਾ ਹੈ, ਐਮਰਜੈਂਸੀ ਵੀ ਆ, ਬੜੇ ਚੈਲੇਂਜਿੰਗ ਮੌਕੇ ਵੀ ਆਉਂਦੇ ਨੇ, ਜਾਨ ਕਿਸੇ ਦੀ ਬਚਾਉਣੀ, ਕਿਸੇ ਨੂੰ ਰਿਲੀਫ ਦੇਣਾ। ਸੋ ਹਰ ਚੀਜ਼ ਨੂੰ ਤੁਸੀਂ ਦਿਲੋਂ ਕਰੋ, ਸ਼ੌਕ ਨਾ ਕਰੋ, ਮਿਹਨਤ ਨਾਲ ਕਰੋ, ਡੈਡੀਕੇਸ਼ਨ ਨਾ ਕਰੋ, ਅਤੇ ਉਹਦੇ ਨਾਲ ਹੀ ਰਿਜ਼ਲਟ ਅੱਛੇ ਨੇ, ਉਹਦੇ ਨਾਲ ਹੀ ਤੁਹਾਡੀ ਸੈਲਫ ਸੈਟਿਸਫੈਕਸ਼ਨ ਹੁੰਦੀ ਆ, ਉਹਦੇ ਨਾਲ ਹੀ ਸੁਸਾਇਟੀ ਦਾ ਫਾਇਦਾ ਹੈ, ਹਿਊਮੈਨਿਟੀ ਦਾ ਫਾਇਦਾ ਹੈ ਜੀ। ਸਰ, ਜਦੋਂ ਆਪਾਂ ਦਰਸ਼ਕੋ ਗੱਲ ਕਰਦੇ ਹਾਂ ਡਾਕਟਰ ਦੀ, ਫਿਰ ਆਪਾਂ ਕਹਿੰਦੇ ਹਾਂ ਕਿ ਰੱਬ ਦਾ ਦੂਜਾ ਰੂਪ ਡਾਕਟਰ ਨੇ, ਜਿਹਨਾਂ ਦੀ ਜਿਸ ਦੀ ਜਿਉਂਦੀ ਜਾਗਦੀ ਮਿਸਾਲ ਸਾਡੇ ਨਾਲ ਨੇ ਅੱਜ ਸਾਡੇ ਮਹਿਮਾਨ ਦੇ ਤੌਰ ਦੇ ਉੱਪਰ, ਅਤੇ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਵੀ ਅਸੀਂ ਤੁਹਾਨੂੰ ਹਮੇਸ਼ਾ ਇੱਦਾਂ ਦੇ ਜਿਹੜੇ ਸਾਡੇ ਹੀਰੋ ਨੇ, ਜਿਹੜੇ ਰੀਅਲ ਹੀਰੋ ਨੇ, ਜਿਹੜੇ ਫਰੰਟ ਲਾਈਨ ਹੀਰੋ ਨੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ, ਇੱਕ ਦੋ ਤਰੀਕੇ ਦੇ ਹੀਰੋ ਹੁੰਦੇ ਨੇ ਜਿਹੜੇ ਕਿ ਅਸੀਂ ਇਹਦੇ ਉਹ ਕਰੈਕਟਰ ਵੱਖਰੇ ਵੱਖਰੇ ਪਲੇ ਕਰਦੇ ਨੇ, ਅਤੇ ਇੱਕ ਰੀਅਲ ਕਰੈਕਟਰ ਹੀਰੋ ਹੁੰਦੇ ਨੇ, ਉਹਨਾਂ ਨੂੰ ਅਸੀਂ ਤੁਹਾਡੇ ਰੂਬਰੂ ਜ਼ਰੂਰ ਕਰਾਉਂਦੇ ਹਾਂ, ਜਿੱਥੇ ਵੱਖਰੇ ਵੱਖਰੇ ਪ੍ਰੋਗਰਾਮਾਂ ਦੇ 'ਚ ਅਸੀਂ ਦੂਸਰੇ ਜਿਹੜੇ ਕਰੈਕਟਰ ਹੀਰੋ ਵੀ ਲੈ ਕੇ ਆਉਂਦੇ ਹਾਂ, ਪਰ ਲੋੜ ਹੈ ਵੱਖਰੇ ਵੱਖਰੇ ਪ੍ਰੋਗਰਾਮਾਂ ਦੇ ਵਿੱਚ ਰੀਅਲ ਹੀਰੋ ਨੂੰ ਲਿਆਉਣ ਦੀ, ਉਹਨਾਂ ਨੂੰ ਪੇਸ਼ ਕਰਨ ਦੀ, ਤਾਂ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ, ਅਤੇ ਉਸਦਾ ਪ੍ਰਭਾਵ ਪੈਂਦਾ ਆ ਸਾਡੇ ਸਮਾਜ ਦੇ ਉੱਤੇ, ਸਾਡੀ ਨਵੀਂ ਆਉਣ ਵਾਲੀ ਜਨਰੇਸ਼ਨ ਦੇ ਉੱਤੇ, ਕਿ ਉਸਦਾ ਪ੍ਰਭਾਵ ਅਸੀਂ ਪਾਉਣਾ ਵੀ ਚਾਹੁੰਦੇ ਹਾਂ ਕਿ ਆਉਣ ਵਾਲੀ ਜਿਹੜੀ ਸਾਡੀ ਜਨਰੇਸ਼ਨ ਆ ਉਹ ਕੁਛ ਸਿੱਖੇ ਸਾਡੇ ਜਿਹੜੀ ਪਿਛਲੀ ਜਨਰੇਸ਼ਨ ਆ ਉਹਨਾਂ ਕੋਲੋਂ, ਕਿ ਉਹਨਾਂ ਨੇ ਉਸ ਸਮੇਂ ਦੇ ਵਿੱਚੋਂ ਲੈ ਕੇ ਜਿਸ ਸਮੇਂ 'ਤੇ ਇੰਨੀਆਂ ਸਹੂਲਤਾਂ ਨਹੀਂ ਸੀਗੀਆਂ, ਅਤੇ ਹੁਣ ਦੇ ਜਿਹੜਾ ਆ ਪੂਰਾ ਮਾਡਰਨ ਆਧੁਨਿਕ ਜਿਹੜਾ ਆਪਾਂ ਕਹਿ ਦਿੰਦੇ ਹਾਂ ਸਮਾਜ ਹੈਗਾ ਵਾ, ਜਿਸ ਦੇ ਵਿੱਚ ਕਾਫੀ ਇੰਪਰੋਵਾਈਜੇਸ਼ਨ ਆ, ਅਤੇ ਅੱਗੇ ਦੀ ਅੱਗੇ ਚੱਲਦੀ ਜਾਂਦੀ ਹੈ ਟੈਕਨੋਲੋਜੀ ਵਾਈਜ਼ ਵੀ, ਅਤੇ ਐਜੂਕੇਸ਼ਨ ਵਾਈਜ਼ ਵੀ, ਅਤੇ ਇਨਫੋਰਮੇਸ਼ਨ ਵਾਈਜ਼ ਵੀ, ਅਤੇ ਉਸ ਦੇ ਵਿੱਚ ਹੀ ਅੱਜ ਦੇ ਸਾਡੇ ਮਹਿਮਾਨ ਜਿਹੜੇ ਸਾਡੇ ਨਾਲ ਜੁੜੇ ਸੀਗੇ। ਸੋ ਡਾਕਟਰ ਸਾਹਿਬ, ਬਹੁਤ ਸਾਰੀਆਂ ਗੱਲਾਂ ਕਰਨੀਆਂ ਬਾਕੀ ਰਹਿ ਜਾਂਦੀਆਂ ਨੇ ਜਦੋਂ ਆਪਾਂ ਸ਼ੁਰੂ ਕਰਦੇ ਹਾਂ ਪ੍ਰੋਗਰਾਮ, ਕਿ ਇੱਕ ਘੰਟੇ ਦਾ ਪ੍ਰੋਗਰਾਮ ਹੈਗਾ ਆ, ਫਿਰ ਜਦੋਂ ਆਪਾਂ ਇਸ ਪੜਾਵ 'ਤੇ ਆਉਂਦੇ ਹਾਂ ਤਾਂ ਉਦੋਂ ਇੱਦਾਂ ਲੱਗਦਾ ਹੈ ਕਿ ਗੱਲਾਂ ਬਹੁਤ ਸਾਰੀਆਂ ਰਹਿ ਗਈਆਂ, ਅਤੇ ਉਹ ਜਿਹੜੀਆਂ ਗੱਲਾਂ ਰਹਿ ਗਈਆਂ ਨੇ ਉਹ ਆਪਾਂ ਫਿਰ ਕਦੀ ਆਉਣ ਵਾਲੇ ਟਾਈਮ ਦੇ ਵਿੱਚ ਕਰਾਂਗੇ, ਅਤੇ ਜ਼ਰੂਰ ਤੁਹਾਨੂੰ ਅਸੀਂ ਬੇਨਤੀ ਕਰਦੇ ਹਾਂ ਜਦੋਂ ਤੁਸੀਂ ਇੱਥੇ ਆਓ ਅਮੈਰੀਕਾ ਦੇ ਵਿੱਚ, ਅਤੇ ਜ਼ਰੂਰ ਕੰਟੈਕਟ ਕਰਾਂਗੇ, ਆਪਾਂ ਇਹਨੂੰ ਲਿੰਕ ਕਰਾਵਾਂਗੇ, ਅਤੇ ਇੱਕ ਵਾਰ ਫਿਰ ਦਰਸ਼ਕਾਂ ਨੂੰ ਤੁਹਾਡੇ ਦਰਸ਼ਨ ਕਰਾਵਾਂਗੇ, ਤੁਹਾਡੇ ਨਾਲ ਗੱਲਬਾਤ ਕਰਾਂਗੇ ਲਾਈਵ ਇਨ ਸਟੂਡੀਓ ਤੋਂ ਵੀ। ਸੋ ਦਰਸ਼ਕੋ, ਜਿਸ ਤਰ੍ਹਾਂ ਮੈਂ ਦੱਸ ਰਿਹਾ ਸੀਗਾ ਕਿ ਜਿਹੜਾ 26 ਜਨਵਰੀ ਦੇ ਉੱਪਰ ਨਵੀਂ ਦਿੱਲੀ ਤੋਂ ਜਿਹੜੀ ਕਿਸਾਨ ਰੈਲੀ ਬਹੁਤ ਵੱਡੀ, ਜਿਹੜੀ ਟਰੈਕਟਰ ਪਰੇਡ ਜਿਹੜੀ ਆ ਉਹ ਅੱਜ ਚਾਲੂ ਹੋਣੀ ਹੈ, ਅੱਜ ਜਾਣ ਲੱਗਣੀ ਹੈ, ਅੱਜ ਜਿਹੜੀ ਇੰਡੀਆ ਦੇ ਵਿੱਚ ਤੋਂ ਸਵੇਰੇ 8 ਵਜੇ ਜਸ ਪੰਜਾਬੀ ਚੈਨਲ ਦੇ ਉੱਪਰੋਂ, ਸਾਡੇ ਇੱਥੇ ਨਿਊਯਾਰਕ ਦੇ 9:30 ਰਾਤ ਦੇ ਲਾਈਵ ਜਸ ਪੰਜਾਬੀ ਤੁਸੀਂ ਤੁਹਾਨੂੰ ਦਿਖਾਵਾਂਗੇ, ਔਨ ਪੜ ਜ਼ਰੂਰ ਟਿਊਨ ਇਨ ਕਰਿਓ। ਸੋ ਡਾਕਟਰ ਸਾਹਿਬ, ਜਾਂਦੇ ਜਾਂਦੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਬਸ ਜੀ, ਦਰਸ਼ਕਾਂ ਨੂੰ ਇਹੀ ਕਹਿਣਾ ਕਿ ਆਪਣੀ ਜੀਵਨੀ ਸਫਲ ਕਰੋ, ਆਪਣੇ ਜੋ ਵੀ ਤੁਹਾਡੇ ਪ੍ਰੋਫੈਸ਼ਨ ਹੈ ਉਹਦੇ 'ਚ ਇਮਾਨਦਾਰੀ ਨਾਲ, ਤਨਦੇਹੀ ਨਾਲ ਮਿਹਨਤ ਕਰਕੇ ਕਾਮਯਾਬ ਹੋਵੋ, ਬੱਚਿਆਂ ਨੂੰ ਵੀ ਅੱਛੀ ਐਜੂਕੇਸ਼ਨ, ਸਾਰਾ ਸੁਸਾਇਟੀ ਦੀ ਸੇਵਾ, ਹਿਊਮੈਨਿਟੀ ਦਾ ਮੈਸੇਜ ਜਿਹੜਾ ਹੈ
ਕਿ ਜਿਸ ਤਰ੍ਹਾਂ ਪੀਸਫੁਲ ਕੋਐਗਜ਼ਿਸਟੈਂਸ, ਮਤਲਬ ਜਿਸ ਤਰ੍ਹਾਂ ਹੁਣ ਅਮਰੀਕਾ ਮੈਂ ਆਉਣਾ ਹੈ, ਬੜਾ ਅੱਛਾ ਮਾਹੌਲ ਹੈ, ਕੋਈ ਜਾਤ ਪਾਤ ਵਾਲੀ ਗੱਲ ਅੱਗੇ ਤਾਂ ਨਹੀਂ ਸੀ ਦਿਸਦੀ, ਤੁਹਾਡੇ ਟਰੰਪ ਵੇਲੇ ਥੋੜ੍ਹਾ ਜਿਹਾ ਫਰਕ ਪਿਆ ਹੈ। ਤੋ ਇਹ ਹਰ ਥਾਂ ਹੀ ਇਸ ਤਰ੍ਹਾਂ ਹੋਣਾ ਚਾਹੀਦਾ। ਗਲੋਬਲਾਈਜੇਸ਼ਨ ਹੈ, ਕੋਈ ਵੀ ਕਿਸੇ ਰਿਲੀਜਨ ਦਾ ਕਿਸੇ ਕੰਟਰੀ ਦਾ ਹੋਵੇ, ਸਭ ਦੀ ਬਰਾਬਰ ਹਿਊਮੈਨਿਟੀ ਇੱਕ ਹੈ। ਤੋ ਇੱਕ ਦੂਸਰੇ ਨਾਲ ਕੋਆਪਰੇਟ ਕਰੋ, ਇੱਕ ਦੂਸਰੇ ਦੀ ਰਿਸਪੈਕਟ ਕਰੋ, ਇੱਕ ਦੂਜੇ ਦਾ ਮਦਦ ਕਰੋ ਅਤੇ ਅੱਛਾ ਜੀਵਨ ਹੋ ਜਾਏ। ਇਹ ਜੀਵਨ, ਇਨਸਾਨੀ ਜੀਵਨ ਜਿਹੜਾ ਹੈ, ਇਹ ਬੜਾ ਮੁਸ਼ਕਿਲ ਮਿਲਦਾ ਹੈ। ਜੀ ਡਾਕਟਰ ਸਾਹਿਬ, ਬਹੁਤ ਬਹੁਤ ਸ਼ੁਕਰੀਆ। ਦਰਸ਼ਕੋ, ਇਹ ਸਨ ਸਾਡੇ ਨਾਲ ਜੁੜੇ ਡਾਕਟਰ ਆਰ ਪੀ ਸਿੰਘ ਬੋਪਾ ਰਾਏ ਜੀ, ਅੰਮ੍ਰਿਤਸਰ ਇੰਡੀਆ ਤੋਂ, ਜਿਨ੍ਹਾਂ ਦੀਆਂ ਜਿਹੜੀਆਂ ਮੱਲਾਂ ਜਿਹੜੀਆਂ ਉਹਨਾਂ ਨੇ ਮੱਲੀਆਂ ਨੇ ਉਸ ਦੇ ਨਾਲ ਤੁਹਾਨੂੰ ਜਾਣੂ ਕਰਵਾਇਆ, ਅਤੇ ਬਹੁਤ ਸਾਰੀ ਜਾਣਕਾਰੀ ਉਹਨਾਂ ਕੋਲੋਂ ਆਪਾਂ ਹਾਸਿਲ ਕੀਤੀ ਹੈ। ਅਤੇ ਜੇ ਤੁਸੀਂ ਵੀ ਸਾਡੇ ਇਸ ਪ੍ਰੋਗਰਾਮ ਦਾ ਜਾਂ ਜਸ ਪਰਿਵਾਰ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ nik@jasbroadcasting.com ਦੇ ਉੱਪਰ ਜਾਂ ਫਿਰ info@jasbroadcasting.com ਦੇ ਉੱਪਰ। ਸੋ ਬਹੁਤ ਬਹੁਤ ਸ਼ੁਕਰੀਆ ਅੱਜ ਦੇ ਲਈ, ਇੰਨਾ ਹੀ ਕਾਫੀ ਇੰਨਾ ਹੀ ਕਾਫੀ ਸੀਗਾ। ਬਹੁਤ ਸਾਰੀ ਜਾਣਕਾਰੀ ਜਿਹੜੀ ਤੁਹਾਡੇ ਨਾਲ ਸ਼ੇਅਰ ਕਰ ਚੱਲੇ ਹਾਂ, ਅਤੇ ਜ਼ਰੂਰ 9:30 ਰਾਤੀ ਦੇਖਣਾ ਨਾ ਭੁੱਲਿਓ, ਜਸਟ ਪੰਜਾਬੀ ਟੀਵੀ ਦੇ ਉੱਪਰ ਲਾਈਵ ਜਿਹੜੀ ਵਿਸ਼ਾਲ ਕਿਸਾਨ ਰੈਲੀ ਹੈ। ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਦਰਸ਼ਕੋ, ਤੁਹਾਡੇ ਤੋਂ ਵੀ ਲੈਂਦੇ ਹਾਂ ਇਜਾਜ਼ਤ, ਧਿਆਨ ਰੱਖੋ ਆਪਣੀ ਸਿਹਤ ਦਾ, ਰੱਬ ਰੱਖਾ। ਸ਼ੁਕਰੀਆ ਜੀ, ਸ਼ੁਕਰੀਆ ਜੀ।